दसम पिता ने पिता दी बलि दे के सिर ते लख मुसीबत जालिया ने खौफ नागराता कोर कालिया ने माता पिता ते पुत्र शहीद हो गए ते ओदे चेहरे अजे भी लालिया ने उसने अपने दीवे बुझा के दे ते देश विच दिवालिया बालिया ने देश विच दिवालिया बालिया ने तेरी ओटत का नहीं कमियां ने सरताज नमस्कार लखवार है कलगी सोहे किरते मखार बिंद विचों फुलारी रस पिनी पानी दे कोई भी सटोरी तुलदी ना तुलदी गुरु की कहानी दे पुछे ना किसे ने कदे नेड़े हो के सी दुख ने कंगाल के होर की असा तो रखनाल को के सी रखे ना पोत पान के किरदे मखार पिंद विच्चों फुला जी रस पिनी बाणी दे कोई भी सटोरी तुल दी ना तुल दी गुरु की कहानी दे पुछे ना किसे ने कदे नेड़े हो के सी दुख ने कंगाल के और रखनाल को कैसी रखेना पोत पाल के ऐसी गरीब हिंदू मूच डेरा दे पूरी तरह कुटी दे नारियां समेत मावतियां पैड़ा दे नित सत लुटी दे ओ पापा दे पहाड़ भेज दिते ठोके होर की असा तो रखनाल को कैसी रखे ना पोत पाल के फिर चमकार दकले नू तजिया अधी राती तुरदा पुत्र दिलाश नू सीठ डवजिया पुत्र दिलाश नू सीठ डवजिया जाना पानी चेट बो कैसी तुरी तुरी आज डार के होर की असा तो रखनाल को कैसी रखे ना पोत पाल के मौज मिले शट के आनंदपुर दे
ਰੱਖਣ ਨਾਲ ਕੋ ਕੇਸੀ ਰੱਖੇ ਨਾ ਪੁੱਤ ਪਾਣ ਕੇ ਫਿਰ ਚਮਕਾਰ ਦੇਖਲੇ ਨੂੰ ਤੱਜਿਆ ਅੱਧੀ ਰਾਤੀ ਤੁਰਦਾ ਪੁੱਤਰ ਦੀ ਲਾਸ਼ ਨੂੰ ਸੀ ਰੱਖਣਾ ਲਿਖੋ ਕੇਸੀ ਰੱਖੇ ਨਾ ਪੁੱਤ ਪਾਣ ਕੇ ਗਣੀ ਖਾ ਨਬੀ ਖਾ ਕਰੀ ਖੁਸ਼ਾਮਦ ਖਵਾਏ ਕੌਣ ਸੁਚਦੇ ਨਿਕਲ ਗਏ ਵੈਰੀ ਹੱਥੋਂ ਸਹੀ ਸਲਾਮਤ ਬਣ ਕੇ ਪੀਰੀ ਉੱਚਦੇ ਰੱਖਣਾ ਲਿਖੋ ਕੇਸੀ ਰੱਖੇ ਨਾ ਪੁੱਤ ਪਾਣ ਕੇ ਸ਼ਹਿਦ ਤਾਨੇ ਨਾ ਸੀਸ ਲੱਗਿਆ ਦੇਸ਼ ਹਿੰਦ ਇਤਨੇ ਨਾ ਸੀਸ ਲੱਗਿਆ ਕਿਸੇ ਵਾਲੀ ਪੈਗੰਬਰ ਦੇ ਕਰਨੀ ਦੀ ਦੌੜ ਚ ਗੁਰੂ ਦੀ ਅੱਗਿਆ ਫਸਟ ਨੰਬਰ ਤੇ ਓ ਪੈਗੇ ਕਰਤਾਰ ਸਿੰਘਾਂ ਹੱਥ ਤੋਂ ਕੇਸੀ ਅੰਮ੍ਰਿਤ ਸਮਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਿਖੋ ਕੇਸੀ ਰੱਖੇ ਨਾ ਪੁੱਤ ਪਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਿਖੋ ਕੇਸੀ ਰੱਖੇ ਨਾ ਪੁੱਤ ਪਾਲ ਕੇ ਕਮਾਲੇ ਕਰਾਮਾਤ ਕਾਇਮ ਕਰੀਮ ਰਜਾ ਬਖਸ਼ ਰਾਜਕ ਰਹਾ ਕੋ ਰਹੀਮ ਐਸੇ ਦੀਨ ਦਿਆਲ ਤਖਤਾਂ ਦੇ ਮਾਲਕ ਹਾਜ਼ਰ ਨਾਜ਼ਰ ਸਮਰੱਥ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਅੰਦਰ ਸਜ ਬੈਠੇ ਪਵਿੱਤਰ ਆਤਮਾ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਪੰਥ ਦੇ ਵਾਲੀ ਸ਼ਹਿਰਾਂ ਦੇ ਬਾਦਸ਼ਾਹ ਹੇਮਕੁੰਟ ਤਪਸਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹਿ ਫਤਿਹ ਇੱਕ ਸਿਮਰਨ ਹੈ ਜੋ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤ ਛਕਾਉਣ ਵੇਲੇ ਬਖਸ਼ਿਸ਼ ਕੀਤਾ ਅਸੀਂ ਇਹਨੂੰ ਚੰਗੀ ਤਰ੍ਹਾਂ ਸਮਝਿਆ ਨਹੀਂ ਅਸੀਂ ਬਾਕੀ ਸ਼ਬਦਾਂ ਦਾ ਸਿਮਰਨ ਤੇ ਬਹੁਤ ਕਰਦੇ ਹਾਂ ਕੋਈ 25-25 ਪਾਠ ਤੇ ਜਪਜੀ ਸਾਹਿਬ ਦੇ ਕਰਦਾ ਹੈ ਸੁਖਮਣੀ ਸਾਹਿਬ ਦੇ ਨਾਂ ਦੇ ਨਾਲ ਸੁਸਾਇਟੀ ਬਣਾ ਕੇ ਸਾਰੇ ਹਿੰਦੁਸਤਾਨ ਵਿੱਚ ਚਲਾਈ ਗਈ ਹੈ ਜਿਹੜੀ ਅਸਲ ਗੱਲ ਹੈ ਕਿ ਆਦਮੀ ਨੇ ਆਪਣੀ ਜ਼ਿੰਦਗੀ ਵਿੱਚ ਵਕਾਰਾਂ ਤੇ ਫਤਿਹ ਪਾਉਣੀ ਆ ਤੇ ਫਿਰ ਇਸ ਨੇ ਉਹਨਾਂ ਦੁਸ਼ਮਣਾਂ ਤੇ ਫਤਿਹ ਪਾਉਣੀ ਆ ਜਿਹੜੇ ਸੱਚ ਦੇ ਖਿਲਾਫ ਲੜਦੇ ਆ ਇਹ ਤਾਂ ਪਾਏਗਾ ਜੇ ਪਹਿਲਾਂ ਫਤਿਹ ਦਾ ਸਿਮਰਨ ਕਰੇਗਾ ਜਦੋਂ ਅਸੀਂ ਫਤਿਹ ਗਜਾਉਂਦੇ ਆ ਨਾ ਸਿੰਘੋ ਦੋ ਵਾਰਾਂ ਵਾਹਿਗੁਰੂ ਦਾ ਪਵਿੱਤਰ ਨਾਮ ਚੇਤੇ ਆਉਂਦਾ ਜਿਹੜਾ ਅਸੀਂ ਬਹੁਤ ਘੱਟ ਸਿਮਰਦੇ ਹਾਂ ਜਗਿਆਸੂਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਸੀ ਮਹਾਰਾਜ ਤੁਹਾਡੇ ਜਗਤ ਛੱਡ ਜਾਣ ਤੋਂ ਬਾਅਦ ਅਗਰ ਜੇ ਤੁਹਾਡਾ ਕਿਸੇ ਨੇ ਦਰਸ਼ਨ ਕਰਨਾ ਹੋਵੇ ਤੇ ਫਿਰ ਉਹਨਾਂ ਆਖਿਆ ਮੈਂ ਖਾਲਸੇ ਵਿੱਚ ਹੋਵਾਂਗਾ ਕਿਸੇ ਸਜੇ ਹੋਏ ਖਾਲਸੇ ਨੂੰ ਵੇਖ ਲਿਓ ਤੇ ਆਪਣੇ ਮਨ ਵਿੱਚ ਉਹਨੂੰ ਇਹ ਅਕੀਦਾ ਬਣਾ ਕੇ ਵੇਖਿਓ ਕਿ ਮੈਂ ਗੁਰੂ ਗੋਬਿੰਦ ਸਿੰਘ ਦੇ ਸਰੂਪ ਨੂੰ ਵੇਖ ਰਿਹਾ ਮੈਂ ਤੁਹਾਨੂੰ ਉਹਦੇ ਵਿੱਚ ਬੈਠਾ ਦੱਸਾਂਗਾ ਉਹੀ ਮੇਰਾ ਟਿਕਾਣਾ ਹੋਵੇਗਾ ਬਾਕੀ ਦੁਨੀਆਂ ਦੇ ਪੈਗੰਬਰਾਂ ਨੇ ਆਪਣੀ ਉਮਤ ਨੂੰ ਇਹ ਮਾਣ ਨਹੀਂ ਦਿੱਤਾ ਸ਼ਾਇਦ ਸਾਡੇ ਅੰਦਰ ਇਹ ਕਮੀ ਹੈ ਕਿ ਅਸੀਂ ਇਹਨੂੰ ਸੰਭਾਲ ਹੀ ਨਹੀਂ ਸਕੇ ਸਵਾਲ ਕਰਨ ਵਾਲੇ ਫਿਰ ਸਵਾਲ ਕੀਤਾ ਮਹਾਰਾਜ ਅਗਰ ਕੋਈ ਇਹੋ ਜਿਹਾ ਸਮਾਂ ਬਣ ਜੇ ਤੁਹਾਡਾ ਸਜਿਆ ਹੋਇਆ ਸਿੰਘ ਵੇਖਣ ਨੂੰ ਨਾ ਲੱਭੇ ਤੇ ਫਿਰ ਤੁਹਾਡਾ ਦਰਸ਼ਨ ਕਿਵੇਂ ਹੋਵੇ ਸਵਾਲ ਕਰਨ ਵਾਲੇ ਵੀ ਬੜੇ ਅਜੀਬ ਹੁੰਦੇ ਆ
ताड़ने वाले क्यामत की नजर रखते हैं। हजूर कलगियां वाले पाछा कहन लगे, फिर तू अपने गात्रे पे ही तलवार म्यान विचों कढ़ ली, इनू फतेह बुला के ते इहदी तिखी धार वल्ले वेखी। मैं तैनू तेग दी तिखी धार दे विचों नजर आऊंगा, ते जे मैनू सिंह विचों लभणा ना, ते जदों तू फतेह बुलाएगा उदों मैं तैनू दिस पांगा। फतेह एक सिमरन है जिहदे विचों साहिब गुरु गोबिंद सिंह दा जन्म दर्शन हुंदा। आओ सारे मिलके फतेह बुलाइए, कोई रसना वांझी ना रहे, प्यार साथ भेज के आखो जी वाहेगुरु जी का खालसा खालसा वाहेगुरु जी वाहेगुरु जी की फतेह। जैसो गुरु उपदेशिया मैं तैसो कहा पुकार, नानक कहे सुन रे मना, कर कीर्तन होए उदार। ऐसा कीर्तन कर मन मेरा, इहा उहा जो काम तेरा। साढ़े तो पहलो बच्चियां दे कोलों बड़ी सुरीली आवाज विच रब्बी बाणी अलाही बाणी दा कीर्तन श्रवण कर रहे सी। गुरबाणी सिख दी आत्मा है, त्यास सिखी दा शरीर है। जड़ियां कौमां अपने इतिहास नूं भुल जांदियां, ओह स्लेट दे कच्चे अखरां तां सदा लई मिट जा करदियां। इतिहास कौमां दी जिंद जान ते पथ प्रदर्शक होया करदे आ। जो समय समय ते डिगदी ढहिंदी डोलदी कौम नूं ओहदे गौरवमई विरसे तों जाणू करवा के ओहनूं सच्ची गवाही दी प्रेरणा दे के जागरूक करन, ते उस नूं लड़ मरन ते कुछ कर गुजरन दे समर्थ बनाउण लई इतनी ताकत रखदे हन। सिख कौम नूं अपने अदुत्ती ते वडमुल्ले इतिहास ते माण है, जिहदा दुनिया भर विच कोई सानी नहीं। तो गुरु गोबिंद सिंह महाराज जी दे चार साहिबजादे धन माता गुजरी जी दी पवित्र याद नूं महान गुरमत समागम उन्हां शहीदां दी याद नूं बड़ा उद्यम उपराला वधिया प्रबंधक जना कीता। मैनूं भाई कुलविंदर सिंह दसदे वी कल जो जथा आया सी ओह वड्डे साहिबजादां दा इतिहास संगतां नूं सरवण करा गया। मैं अज छोटियां दी गल करन लगा जिन्हां दे प्रथाए बड़े इतिहासक बचन आउंदे हन। हुतम संद नीच एक पापी, बिपर बंस चंडाल सो थापी, रोपड़ ते वो राह भलाई, निजपुर को ले गयो कसाई। साहिबजादे दो कुमार, तीजे दादी सात निहार। माता गुजरी जी और छोटे साहिबजादियां नूं गंगू अपने पिंड खेड़ी विच लै गया। खेड़ी पापा फेड़ी भाई वीर सिंह जी लिखदे आ। मैं उस नगर दे दर्शन कीते आ। इत्थे गंगू ने अपने घर विच अगली कोठड़ी च उतारा दिता। माता जी अपने बच्चियां नूं सफा ते लम्मिया पा दिता। इस हालत बंदे नूं कदे नींद नहीं आउंदी। माता जी जाग ही रही सी। जो माता जी दे कोल सोने दियां मोहरां दी थैली सी, उस लोभी पापी गंगू ने ओ मोहरां वाली थैली चरा दी। भाई संतोख भाई वीर सिंह जी लिखते भी नाल माता जी दे एक सेवादार भी सी। जदों ने सारा समान सांभिया आख्या माता जी होर ते सारा समान मौजूद है, पर मोहरां वाली थैली नहीं दिसदी कदी। माता जी ने गंगू नूं बुलाया, वे गंगिया जे ते मोहरां वाली थैली सांभ ली ते वाहवा। उन्हें आख्या माता मैं तुहानूं अपने घर बागियां नूं पनाह दित्ती है, ते मेरी सेवा दा फल मैनूं आ दिंदे भी मैनूं चोर बना रहे जे। मैं तुहाडी हुणे जाके थाने च खबर करदा भी गुरु गोबिंद सिंह दे बागी पुत्र ते उन्हां दी माता मेरे घर विच हन। उस लोभी नूं माता गुजरी जी ने बड़ा समझाया पर ना टलिया। मरिंडे थाने विच जाके खबर कीती। जानी खां ते मानी खां चढ़ के आए। आउंदिया आउंदिया ओ चलाक थानेदार गंगू दियां गल्लां तो ए समझ गया भी माता नूं गिरफ्तार कराउण दा कारण पैसा हो सकदा, ते जदों पुलिस वालियां नूं पता लग जाए भी इहदे कोल पैसा, ते फिर पैसा रह कहीं जावे। उहनां पहलों ते गंगू नूं लम्मिया पाया, जदों मार पई ते ओह मोहरां वाली थैली फिर देनी पै गई। हुण गंगू दी हालत बयान करनी भी बड़ी मुश्किल है। ओदा की हाल होएगा, माया भी इत्थों गई,
मार भी खानी पई ते दीन भी गया। महाराज गुरबाणी च बड़े सुंदर वचन करते हैं, लालच छोटो अंधियो, लालच लालच दुख भारी, दुख भारी। धन कमाउणा माड़ी गल नहीं, पर पापा दे नाल इकट्ठा करना धन ओ गले दी फाई बन जांदा है। सच है। तो इथों मेरे गुरु दे पुत्र ओ मरिंडे शहर विच कोतवाली गुरद्वारा साहब है, जिथे तुसी फतेहगढ़ साहब दे दर्शन करन जांदे जी ना, मेरी बेनती उस स्थान दे भी दर्शन करियो। मैं पिछले दिन उत्थे दीवान ला के आया, मैनू प्रबंधक जन दस रहे थी कि जदों इत्थे गुरद्वारा साहब तैयार होण लगा, महापुरशां ने टप लाया सेवा दा, ते जिहड़े बहुते काले सेवादार सी ना ਉਹ ਪਹਿਲੋਂ ਇਹ ਕੋਠੜੀ ਢਾਉਣ ਲੱਗੇ ਸੀ, ਤੇ ਸਿਆਣੇ ਬਜ਼ੁਰਗਾਂ ਨੇ ਆਖਿਆ ਬਾਬਾ ਜੀ ਪਿੱਲਰ ਕੱਢ ਕੇ ਇਹਦੇ ਉੱਤੇ ਜਿੰਨੀ ਮਰਜ਼ੀ ਤੁਸੀਂ ਇਮਾਰਤ ਬਣਾ ਲਓ, ਪਰ ਇਹ ਕੋਠੜੀ ਜਿਹਦੇ ਵਿੱਚ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਸੀ ਇਹ ਨਹੀਂ ਜੀ ਅਸੀਂ ਢਹਿਣ ਦੇ। ਇਹ ਉਹਨਾਂ ਦੀ ਚੰਗੀ ਸੋਚ ਸੀ ਗੁਰੂ ਕੇ ਸਿੱਖੋ। ਉਹ ਮਰਿੰਡੇ ਠਾਣਾ ਜਿੱਥੇ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਸੀ ਨਾ, ਛੋਟੀਆਂ ਇੱਟਾਂ ਦਾ ਉਹੋ ਹੀ ਦਰਵਾਜ਼ਾ ਜਿਹੜਾ ਸਾਹਿਬਜ਼ਾਦੇ ਨੂੰ ਅੰਦਰ ਵਾਰ ਕੇ ਲਾਇਆ ਸੀ ਉਹ ਦਰਵਾਜ਼ਾ ਵੀ ਉਹੋ ਮੌਜੂਦ ਹੈ। ਤੋ ਜਿੰਨਾ ਸਾਡੀ ਸ਼ਰਧਾ ਪੁਰਾਤਨ ਚੀਜ਼ਾਂ ਨੂੰ ਵੇਖ ਕੇ ਸਥਾਨ ਤੇ ਬਹਿਦੀ ਹੈ ਨਾ, ਓਨੀ ਚਿੱਟੇ ਸੰਗਮਰਮਰ ਨੂੰ ਵੇਖ ਕੇ ਨਹੀਂ ਬਹਿਦੀ। ਤੋ ਅੱਠੇ ਚੌਵੀ ਨਿਰੰਤਰ ਚੌਵੀ ਘੰਟੇ ਹੀ ਉੱਥੇ ਗੁਰਬਾਣੀ ਦਾ ਜਾਪ ਚੱਲਦਾ। ਇੱਥੋਂ ਮੇਰੇ ਗੁਰੂ ਦੇ ਪੁੱਤਰ ਸਰੰਦ ਵਿਖੇ ਪਹੁੰਚਾਏ ਗਏ ਆ, ਠੰਡੇ ਬੁਰਜ ਵਿੱਚ ਬੰਦ ਕੀਤਾ ਗਿਆ, ਜਿੱਥੇ ਸਿਆਸੀ ਕੈਦੀਆਂ ਨੂੰ ਸਜ਼ਾ ਦਿੱਤੀ ਜਾਂਦੀ ਸੀ, ਜਿੱਥੇ ਗਰਮੀ ਵਿੱਚ ਵੀ ਠੰਡ ਵਾਲਾ ਹੀ ਮੌਸਮ ਬਣਿਆ ਰਹਿੰਦਾ ਸੀ, ਇੱਥੇ ਸਾਹਿਬਜ਼ਾਦਿਆਂ ਨੂੰ ਬੰਦ ਕੀਤਾ। ਇੱਧਰ ਅੱਠ ਕੋਹਰ ਚਮਕੌਰ ਦੀ ਜੰਗ ਸਮਾਪਤ ਹੋਈ, ਉਹ ਸੂਬਾ ਵਜੀਦ ਖਾਨ ਬੜਾ ਖਿਜਿਆ ਵੀ ਗੁਰੂ ਗੋਬਿੰਦ ਸਿੰਘ ਮੇਰੇ ਏਡੇ ਵੱਡੇ ਘੇਰੇ ਚੋਂ ਨਿਕਲ ਗਿਆ। ਜਦੋਂ ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਉਹਦੀ ਮਾਤਾ ਮੇਰੇ ਸਿਪਾਹੀਆਂ ਨੇ ਗ੍ਰਿਫਤਾਰ ਕਰ ਲਿਆ, ਉਹਨੂੰ ਬੜੀ ਖੁਸ਼ੀ ਹੋਈ ਨੇ ਆਖਿਆ ਮੈਂ ਕੋਈ ਤੇ ਕੋਈ ਔਰੰਗਜ਼ੇਬ ਨੂੰ ਮੂੰਹ ਵਿਖਾਉਣ ਜੋਗਾ ਰਹਿ ਗਿਆ ਨਾ। ਇੱਕ ਦਿਨ ਗੁਰੂ ਗੋਬਿੰਦ ਸਿੰਘ ਇਹਨਾਂ ਨੂੰ ਬੱਚਿਆਂ ਨੂੰ ਛਡਾਉਣ ਵਾਸਤੇ ਸਰਕਾਰ ਦੇ ਆਪਾ ਹਵਾਲੇ ਕਰੇਗਾ, ਉਹ ਮੇਰੀ ਚਿੰਤ ਵਾਲਾ ਦਿਨ ਹੋਏਗਾ। ਸਾਹਿਬਜ਼ਾਦਿਆਂ ਨੂੰ ਬੰਦ ਕੀਤਾ ਗਿਆ, ਹਲਕਾਰਾ ਆਇਆ, ਉਹਨੇ ਆਖਿਆ ਮਾਤਾ ਜੀ ਅੱਜ ਰੋਟੀ ਤੇ ਮਿਲੇਗੀ ਕੈਦੀਆਂ ਵਰਗੀ, ਪਰ ਅੱਜ ਕੋਈ ਕੱਪੜਾ ਨਹੀਂ ਮਿਲੇਗਾ ਕਿਉਂਕਿ ਸਰਕਾਰ ਦਾ ਹੁਕਮ ਐਸਾ ਹੈ। ਮਾਤਾ ਜੀ ਨੇ ਬੱਚਿਆਂ ਵੱਲੇ ਵੇਖਿਆ ਤੇ ਮੁਸਕਰਾ ਕੇ ਕਹਿਣ ਲੱਗੇ ਇਹ ਕੜਕਦੀ ਹੋਈ ਸਰਦੀ ਇਹ ਸਿਰਾਂ ਤੇ ਠਾਰ ਸਕਦੀ ਹੈ, ਇਹ ਕੜਕਦੀ ਹੋਈ ਸਰਦੀ ਵਾਤਾਵਰਨ ਤੇ ਕੰਬਾ ਸਕਦੀ ਹੈ, ਪਰ ਮੇਰੇ ਦਿਲ ਦੇ ਜਜ਼ਬੇ ਨੂੰ ਇਹ ਠੰਡਾ ਨਹੀਂ ਕਰ ਸਕਦੀ। ਮੈਂ ਸਭ ਕੁਝ ਆਪਣੇ ਉੱਤੇ ਝੱਲਾਂਗੀ। ਧੰਨ ਮਾਤਾ ਗੁਜਰੀ ਜੀ ਗੁੜਤੀ ਵਜੋਂ ਹੀ ਆਪਣਿਆਂ ਪੋਤਰਿਆਂ ਨੂੰ ਸਿੱਖਿਆ ਦਿਆ ਕਰਦੇ ਸੀ, ਬੇਟਿਓ ਅੱਜ ਪਰਖਾਂ ਦਾ ਵੇਲਾ ਆ ਗਿਆ, ਤੁਹਾਡੇ ਦਾਦੇ ਬਾਬੇ ਧਰਮ ਵਾਸਤੇ ਆਪਾਂ ਨਿਸ਼ਾਵਰ ਕਰ ਗਿਆ। ਬੇਟਿਓ ਤੁਸੀਂ ਉਮਰਾਂ ਵਿੱਚ ਛੋਟੇ ਹੋ, ਪਰ ਗੁਰੂ ਗੋਬਿੰਦ ਸਿੰਘ ਦੇ ਨੌ ਨਿਹਾਲ ਜੀ, ਵੇਖਿਓ ਕਿਤੇ ਤੁਹਾਡਾ ਕਰਕੇ ਸਿੱਖੀ ਦਾਗਦਾਰ ਨਾ ਹੋ ਜਾਏ। ਬਾਪੂ ਸੋਹਣ ਸਿੰਘ ਜੀ ਸੀਤਲ ਬੜੀਆਂ ਪਿਆਰੀਆਂ ਲੈਣੇ ਲਿਖ, ਦਾਦੀ ਮਾਂ ਨੇ ਕੀ ਸਿੱਖਿਆ ਦਿੱਤੀ, ਮਾਵਾਂ ਅੱਜ ਦੀਆਂ ਸੁਣਨ। ਧੰਨ ਮਾਤਾ ਗੁਜਰੀ ਆਪਣੇ ਪੋਤਰਿਆਂ ਨੂੰ ਕਹਿ ਰਿਹਾ, ਬੇਟਿਓ ਤੁਸੀਂ ਉਮਰਾਂ ਵਿੱਚ ਬੜੇ ਛੋਟੇ ਜੀ, ਪਰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀਰ ਸਪੁੱਤਰ ਹੋ। ਬੇਟਿਓ ਅਣਖਾਂ ਵਾਲੇ ਮਰ ਮਿਟਦੇ ਆ, ਪਰ ਆਪਣੀ ਅਣ ਕਦੇ ਨਹੀਂ ਗਵਾਉਂਦੇ। ਸੂਰਮਿਆਂ ਨੂੰ ਤਲਵਾਰਾਂ ਕਦੇ ਡਰਾ ਨਹੀਂ ਸਕਦੀਆਂ, ਮਰਦਾਂ ਨੂੰ ਦੌਲਤ ਕਦੇ ਖਰੀਦ ਨਹੀਂ ਸਕਦੀ। ਬੇਟਿਓ ਤੁਸੀਂ ਉਮਰਾਂ ਵਿੱਚ ਬਹੁਤ ਛੋਟੇ ਹੋ, ਸ਼ਹੀਦ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ, ਤੁਹਾਡੇ ਅੰਦਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਰੂਹ ਹੈ। ਮੈਂ ਜਾਣਦੀ ਹਾਂ ਤੁਸੀਂ ਆਪਣੀ ਕਰਨੀ ਉੱਤੇ ਪੂਰੇ ਉਤਰੋਗੇ। ਬੇਟਿਓ ਕਦੇ ਕਦੇ ਮੌਕਾ ਬਣਦਾ ਜਦੋਂ ਕੌਮਾਂ ਦੀ ਜ਼ਿੰਦਗੀ ਦੀ ਨਈਆ ਡੁੱਬ ਰਹੀ ਹੋਵੇ ਨਾ, ਫਿਰ ਉੱਥੇ ਸਿਰਾਂ ਦੇ ਚੱਪੂਆਂ ਦੀ ਲੋੜ ਪੈਂਦੀ ਹੈ, ਵਿਗੜੀ ਸਵਾਰਨ ਵਾਸਤੇ ਕੁਰਬਾਨੀਆਂ ਦੀ ਲੋੜ ਪੈਂਦੀ ਹੈ। ਤੁਸੀਂ ਜਾਣਦੇ ਕੋਈ ਮਰੀਜ਼ ਮਰ ਰਿਹਾ ਹੋਵੇ ਤੇ ਡਾਕਟਰਾਂ ਦੀ ਰਾਏ ਹੁੰਦੀ ਹੈ ਵੀ ਇਹਦੇ ਵਿੱਚ ਖੂਨ ਦੀ ਬੜੀ ਕਮੀ ਆ,
ਇਹਨੂੰ ਖੂਨ ਦੀਆਂ ਬੋਤਲਾਂ ਚੜਾਈਆਂ ਜਾਣ, ਮਰਦੇ ਬੰਦੇ ਨੂੰ ਖੂਨ ਦੇ ਕੇ ਬਚਾ ਲਿਆ ਜਾਂਦਾ। ਜਦੋਂ ਕੌਮਾਂ ਮਰਨ ਲੱਗਣ ਨਾ, ਸ਼ਹੀਦ ਆਪਣਾ ਖੂਨ ਡੋਲ ਕੇ ਉਹਨਾਂ ਕੌਮਾਂ ਨੂੰ ਨਵੀਂ ਜ਼ਿੰਦਗੀ ਦਿੰਦੇ। ਧੰਨ ਮਾਤਾ ਗੁਜਰੀ ਜੀ, ਕੈਸੀ ਸਿੱਖਿਆ ਦੇ ਰਹੇ ਆ। ਮੈਂ ਇੱਥੇ ਮੋਤੀ ਰਾਮ ਮਹਿਰੇ ਦੀ ਵੀ ਗੱਲ ਕਰਾਂ। ਉਹਨੂੰ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਫਰਜੰਦ ਉਹਨਾਂ ਦੀ ਬਜ਼ੁਰਗ ਮਾਤਾ ਠੰਡੇ ਬੁਰਜ ਬੰਦ ਆ, ਆਂਦੇ ਘਰੋਂ ਗਰਮ ਗਰਮ ਦੁੱਧ ਲੈ ਕੇ ਆਇਆ, ਪਰ ਪਹਿਰੇਦਾਰ ਨੇ ਅੰਦਰ ਨਹੀਂ ਜਾਣ ਦਿੱਤਾ। ਇਤਿਹਾਸ ਵਿੱਚ ਜ਼ਿਕਰ ਹੈ ਕਿ ਉਹ ਮੋਤੀ ਰਾਮ ਮਹਿਰਾ ਘਰ ਵਿੱਚ ਗਿਆ, ਆਪਣੀ ਘਰਵਾਲੀ ਦੇ ਸਾਰੇ ਗਹਿਣੇ ਲਾ ਕੇ, ਉਸ ਪਹਿਰੇਦਾਰ ਨੂੰ ਗਹਿਣਿਆਂ ਦਾ ਲਾਲਚ ਦੇ ਕੇ ਤੇ ਮਾਤਾ ਗੁਜਰੀ ਜੀ ਨੂੰ ਤੇ ਬੱਚਿਆਂ ਨੂੰ ਗਰਮ ਗਰਮ ਦੁੱਧ ਛਕਾਇਆ। ਮਾਤਾ ਗੁਜਰੀ ਜੀ ਕਹਿ ਰਹੀ ਵੇ, ਜੋਣ ਜੋਗਿਆ ਮੋਤੀ ਰਾਮਾ, ਜਿਹੜਾ ਦੁੱਧ ਸਾਡੇ ਸਰਾਣੇ ਸੇਵਾਦਾਰ ਲੈ ਕੇ ਖਲੋਤੇ ਹੁੰਦੇ ਸੀ, ਅੱਜ ਤੂੰ ਸਰਕਾਰ ਤੋਂ ਚੋਰੀ ਪਿਆ ਰਿਹਾ। ਤੇਰੀ ਸੇਵਾ ਨੂੰ ਮੇਰਾ ਪਾਤਸ਼ਾਹ ਭਾਗ ਲਾਵੇ। ਸਿੰਘੋ, ਜਦੋਂ ਇਸ ਗੱਲ ਦਾ ਪਤਾ ਜ਼ਾਲਮ ਸਰਕਾਰ ਨੂੰ ਲੱਗਾ ਤੇ ਇਸ ਇਮਜ ਵਿੱਚ ਕੀ ਡੰਨ ਦਿੱਤਾ? ਉਸ ਮੋਤੀ ਰਾਮ ਮਹਿਰੇ ਦਾ ਸਾਰਾ ਹੀ ਪਰਿਵਾਰ ਕੋਹਲੂ ਦੇ ਵਿੱਚ ਦੀ ਪੀੜ ਦਿੱਤਾ ਗਿਆ। ਪਰ ਉਹ ਮਰਦ ਸੇਵਾ ਕਰਕੇ ਗੁਰੂ ਦੇ ਪੁੱਤਰਾਂ ਦੀ ਤੇ ਦੁਨੀਆਂ ਉੱਤੇ ਜਿਉਣ ਜੋਗਾ ਨਾ ਛੱਡ ਗਿਆ। ਉਹ ਗਲਾਸ ਛੋਟੇ ਅਜੇ ਵੀ ਉੱਥੇ ਮੌਜੂਦ ਆ, ਤੁਸੀਂ ਉਹਨਾਂ ਦੇ ਦਰਸ਼ਨ ਕਰ ਸਕਦੇ। ਮੋਤੀ ਰਾਮ ਮਹਿਰੇ ਦਾ ਸੁੰਦਰ ਗੇਟ ਬਣਿਆ। ਜਦੋਂ ਆਪਾਂ ਮਰਿੰਡੇ ਤੋਂ ਫਤਿਹਗੜ੍ਹ ਸਾਹਿਬ ਨੂੰ ਆਉਂਦੇ ਹਾਂ, ਚੰਗੇ ਬੰਦੇ ਨੇਕ ਕੰਮ ਕਰਕੇ ਦੁਨੀਆਂ ਉੱਤੇ ਆਪਣਾ ਜਿਉਣ ਜੋਗਾ ਨਾ ਛੱਡ ਜਾਂਦੇ। ਇੱਥੇ ਮਾਤਾ ਗੁਜਰੀ ਜੀ ਸਿੱਖਿਆ ਦੇ ਰਹੇ ਆ। ਸੂਬਾ ਸਰਹੰਦ ਉਧਰੋਂ ਆਪਣੇ ਸਿਪਾਹੀਆਂ ਨੂੰ ਭੇਜਦਾ 11 ਪੋਹ ਵਾਲੇ ਦਿਨ ਵੀ ਜਾਓ, ਬੱਚਿਆਂ ਨੂੰ ਮੇਰੀ ਕਚਹਿਰੀ ਪੇਸ਼ ਕੀਤਾ ਜਾਵੇ। ਨੰਗੀਆਂ ਤਲਵਾਰਾਂ ਦੀ ਛਾਂ ਹੇਠਾਂ ਸਭ ਜਾਦਿਆਂ ਨੂੰ ਖੜਨ ਦਾ ਉਹਨਾਂ ਫੈਸਲਾ ਕਰ ਲਿਆ। ਮਾਤਾ ਗੁਜਰੀ ਜੀ ਤੋਂ ਸਿੱਖਿਆ ਲੈ ਕੇ ਸਾਹਿਬਜ਼ਾਦੇ ਉਹਨਾਂ ਸਿਪਾਹੀਆਂ ਦੇ ਨਾਲ ਸੂਬੇ ਦੀ ਕਚਹਿਰੀ ਨੂੰ ਜਾ ਰਹੇ ਆ। ਸੂਬਾ ਸਰਹੰਦ ਵਜੀਦ ਖਾਨ ਬੜੀ ਬੇਸਬਰੀ ਨਾਲ ਡੀਕ ਰਿਹਾ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਆਉਣਗੇ, ਮੈਂ ਇੱਕ ਦਬਕਾ ਮਾਰਾਂਗਾ, ਉਹ ਆਪਣਾ ਇਮਾਨ ਛੱਡ ਦੇਣਗੇ, ਮੈਂ ਕਹੂੰਗਾ ਤੁਸੀਂ ਮੁਸਲਮਾਨ ਬਣ ਜਾਓ, ਉਹ ਧਰਮ ਤਬਦੀਲ ਕਰ ਜਾਣਗੇ। ਪਰ ਉਹ ਸੂਬਾ ਸਰਹੰਦ ਇੱਕ ਰਾਂ ਹੈਰਾਨ ਰਹਿ ਗਿਆ ਜਦੋਂ ਸਾਹਿਬਜ਼ਾਦਿਆਂ ਨੇ ਬੁਲੰਦ ਆਵਾਜ਼ ਵਿੱਚ ਜਕਾਰਾ ਲਾਇਆ। ਸੂਬੇ ਦੀ ਖਾਨੇ ਹੋ ਗਈ, ਉਹਨੇ ਆਖਿਆ ਇਹਨਾਂ ਬੱਚਿਆਂ ਦੀ ਇਹ ਜੁਰਤ? ਸੁੱਚਾ ਨੰਦ ਨੇ ਆਖਿਆ ਇਹ ਤੁਹਾਡਾ ਕੋਈ ਅਕਾਲ ਤਖ਼ਤ ਨਹੀਂ, ਇਹ ਆਨੰਦਪੁਰ ਨਹੀਂ, ਇਹ ਸੂਬਾ ਸਰਹੰਦ ਵਜੀਦ ਖਾਨ ਦੀ ਕਚਹਿਰੀ ਆ ਤੇ ਇੱਥੇ ਝੋਕੇ ਸਲਾਮ ਮਨਾਉਣੀ ਪਊਗੀ। ਉਹਨਾਂ ਆਖਿਆ ਸਾਨੂੰ ਵਿਰਸੇ ਵਿੱਚ ਫਤਿਹ ਮਿਲੀ ਆ ਤੇ ਅਸੀਂ ਮਰਦੇ ਤਨ ਤੱਕ ਫਤਿਹ ਬੁਲਾਉਂਦੇ ਰਹਾਂਗੇ। ਸੂਬਾ ਸਰਹੰਦ ਵਜੀਦ ਖਾਨ ਬੜੀ ਹਲੇਮੀ ਨਾਲ ਕਹਿਣ ਲੱਗਾ, ਓਏ ਬੱਚਿਓ, ਇਹ ਜਾਨਾਂ ਗਵਾਉਣ ਵਾਸਤੇ ਥੋੜੀਆਂ ਮਿਲੀਆਂ, ਇਹ ਜ਼ਿੰਦਗੀ ਹਟਾਉਣ ਵਾਸਤੇ ਮਿਲੀ ਆ। ਜਿੱਦ ਛੱਡ ਦਿਓ ਤੁਹਾਨੂੰ ਬੇਗਮਾਂ ਦੇ ਡੋਲੇ ਦੇ ਦੂੰਗਾ, ਜਗੀਰਾ ਤੁਹਾਡੇ ਨਾਲ ਆ ਦੂੰਗਾ, ਸੁੰਦਰ ਮਹਿਲ ਮਾੜੀਆਂ ਵਿੱਚ ਆਪਣੀ ਐਸ਼ ਦੀ ਜ਼ਿੰਦਗੀ ਬਤੀਤ ਕਰੋ। ਪਰ ਸਾਹਿਬਜ਼ਾਦਿਆਂ ਨੇ ਸਾਰੇ ਦੇ ਸਾਰੇ ਸੁੱਖ ਜਿਹੜੇ ਆ ਉਹ ਠੁੱਡੇ ਦੀ ਨੋਕ ਦੇ ਨਾਲ ਠਕਰਾ ਕੇ ਰੱਖ ਦਿੱਤਾ। ਇੱਥੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਵੀ ਸਾਡਾ ਧਰਮ ਕਿੱਥੇ ਖਲੋਤਾ। ਮੈਂ ਵੇਖਿਆ ਵੀਰ ਜੀ ਵਿਦੇਸ਼ਾਂ ਦੀ ਗੱਲ ਕਰ ਰਹੇ ਸੀ, ਇੰਗਲੈਂਡ ਵਿੱਚ ਇੱਕ ਮੁੰਡਾ, ਤੁਹਾਨੂੰ ਪਤਾ ਉੱਥੋਂ ਦੀ ਸਰਕਾਰ ਉਹਨਾਂ ਚਿਰ ਬੰਦੇ ਨੂੰ ਪੱਕਿਆ ਨਹੀਂ ਕਰਦੀ ਜਿੰਨਾ ਚਿਰ ਬੰਦੇ ਦਾ ਵਿਆਹ ਨਾ ਹੋ ਜਾਵੇ। ਏਸੀ ਤੇ ਪੱਕਿਆ ਹੋਣਾ ਵਿਆਹ ਜਿੰਨਾ ਮਰਜ਼ੀ ਹੋ ਜਾਵੇ। ਉਹਨੇ ਉੱਥੇ ਮੇਮ ਨਾਲ ਵਿਆਹ ਕਰਨ ਲਾ ਲਿਆ, 4 ਸਾਲ ਉਹਨਾਂ ਹੰਢਾਏ ਤੇ ਮੁੜ ਕੇ ਉਹਨੂੰ ਇੰਡੀਆ ਲੈ ਕੇ ਆਇਆ, ਇੱਧਰੋਂ ਪੱਕੇ ਕਾਗਜ਼ ਬਣਾ ਕੇ ਖੜਨੇ ਸੀ। ਉਸ ਵਿਆਹ 'ਚ ਮੈਨੂੰ ਵੀ ਉਹਨਾਂ ਘਰ ਵਾਲਿਆਂ ਨੇ ਸੱਦ ਲਿਆ ਤੇ ਵਿਆਹ ਕਰਨਾ ਸੀ ਫਰਜ਼ੀ, ਸਿਰਫ ਇੱਕ ਮੂਵੀ ਬਣਾਉਣੀ ਸੀ, 4 ਸਾਲ ਤੇ ਪਹਿਲਾਂ ਵਿਆਹ ਰਹੇ ਹੋਏ। ਉਹਨਾਂ ਮੈਨੂੰ ਵੀ ਸੱਦ ਲਿਆ ਤੇ ਜਦੋਂ ਜੋੜੀ ਗਾੜੀ ਬਹਿ ਗਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਤੇ ਉਹਨਾਂ ਗ੍ਰੰਥੀ ਸਿੰਘ ਨੂੰ ਵੀ ਦੱਸਿਆ ਵੀ ਇਹ ਵਿਆਹ ਇਸ ਤਰ੍ਹਾਂ ਕਰਨਾ, ਸਿਰਫ ਫੋਟੋ ਹੀ ਬਣਾਉਣੀ। ਗ੍ਰੰਥੀ ਸਿੰਘ ਕਹਿਣ ਲੱਗਾ ਵੀ ਹੁਣ ਲੜਕੀ ਦਾ ਪਿਤਾ ਉੱਠੇ ਤੇ ਲੜਕੇ ਦਾ ਪੱਲਾ ਲੜਕੀ ਦੇ ਹੱਥ 'ਚ ਫੜਾਵੇ ਤੇ ਲੜਕੀ ਦਾ ਪਿਓ ਗੋਰਾ ਤੇ ਗਲੈਂਡ ਹੀ ਰਹਿ ਗਿਆ ਸੀ।
मुंडे का प्यो मेरे को आ गया आंदा ज्ञान जी थोड़ी करे खेतला पला फड़ाओ मैं क्या कुड़ी का प्यो भी तुझो बन जा साडा धर्म कित्थे खलोता सी चंद कौड़ियां ते धर्म नूं छिके ते टंग दिंदे सिंगो गौर करो एक पासे मौत खलोती आ ते एक पासे सारे दुनिया दे सुख उन्हें आख्या सूबा सरंद वजीद खान जिन्ना चिर जीवांगे उन्ना चिर अपने धर्म विच रह के जीवांगे इह तों सानू सिर लैणी चाहीदी है कि सिख नूं धर्म विच रहना कितना अति जरूरी है साहबजादियां नूं फिर ठंडे बुरज विच बंद कीता गया माता गुजरी जी फिर अपने बच्चियां नूं उसे तरह सिख्या दे रही है इधर सुचा नंद ने आग्या लई नाजम साहब जे मैनू आग्या दिओ ते मैं उस बुढ़ी नूं समझा के वेखलां शायद ओह मेरी गल मन दे आग्या लैके ठंडे बुरज च आ गया ते लम्मियां लम्मियां डरौणियां कहानियां माता जी नूं सुनाउण लग पिया माता जी सूबे दे राते बड़े बिगड़ गए अपने पोतियां दे हथों हथ धो बहेंगी ए जे छरजन मुसलमान बन जाणा इन्हां नूं मूंह मंगे इनाम दिते जाणगे माता गुजरी जी ने वेख्या ते क्या सुचा नंदा इउं लगदा वी तेरे अंदर कोई धर्म नहीं रह गया तू अपनी ऐनक ना दूजिआं नूं वेख तैनूं पता नहीं तू गल किहदे नाल कर रहा जिन्हें अपना सुहाग दूजिआं वास्ते कुर्बान करके रख दिता ते तू ओहदे पोतरिआं नूं डराउण वास्ते आया ये मरनी ते मर जाणगे पर अपना कदे धर्म तब्दील नहीं करनगे साहबजादिआं नूं माता गुजरी जी सिख्या दे रहे आ अज 12 पोह दी रात है 13 पोह दा दिन चढ़न वाला है माता गुजरी जी ने आख्या बेटिओ अगे नित नेम तुसी अपना आपे कर दे जी अज माता तुहानूं सुणाऊंगी ते तुसी सुणिओ पंथ दियो बचियो कोई साडे विच इहो जी है जिहड़ी माता गुजरी जी दी रीस करके अपने बच्चे दे कन्नां विच जाप दी स्रोत पा रही होए कोई है धर्मी बाप ओ बेटा शामां दा समां हो गया मैनूं रह रास्ता पार सुणा हैगे धर्मी मापे हैगियां धर्मी मावां जिहड़ियां अज वी अपने बच्चियां नूं सिक्खी दी लोरी दिंदियां और सिखी विच कृपा कर दिया जिला जलंधर विच एक मैं पिंड विच रात कटी ओ सिख दियां पांच धीआं सन पुत्र कोई नहीं सी ते जदों गफा पानी रात छगिया ते लड़कियां दा प्यो मैनूं कहण लगा भी भाई महल सिंह तुसीं रोज पिंडा शहरां संगत विचरदे रहिंदे जे ते मेरियां बच्चियां जवान होईआं इन्हां ते मैं आनंद कारज करने आ किसे गुरमतीए सिख दी दस पा मैं ना बच्चियां दे कार्ज करने मैं क्या भी परिवार किहो जिहा चाहीदा आंदा भी जिहड़ा अंदरों बाहरों इको जिहा होवे इहनां बाहर लिबास ही पाया ते अंदर कख बना होवे मैं क्या कोई जमीन जायदाद आंदा जमीन दा ते भावें मरला ना होवे पर परिवार नितनेमी होवे गुरसिख होवे अमृत वेले जागदा होवे धर्म दी किरत करदा होवे ਉਹ ਪਰਿਵਾਰ ਚਾਹੀਦਾ ਗੁਰੂ ਕਿਰਪਾ ਕਰੇ ਮੈਂ ਕਿਹਾ ਬੱਚਿਆਂ ਦੀ ਕਿੰਨੀ ਪੜ੍ਹਾਈ ਆ ਉਹਨੇ ਪੜ੍ਹਾਈ ਵੀ ਦੱਸੀ ਮੈਂ ਕਿਹਾ ਗੁਰਮਤੀ ਵਿੱਦਿਆ ਕਿੰਨੀ ਪੜ੍ਹਾਈ ਆ ਬਾਣੀ ਕਿੰਨੀਆਂ ਕੰਠ ਕਰਾਈਆਂ ਆਂਦਾ ਗਿਆਨੀ ਜੀ ਮੇਰੇ ਕੋ ਨਾ ਸੁਣੋ ਤੁਸੀਂ ਰਾਤ ਰਹਿਣਾ ਸਵੇਰੇ ਉੱਠ ਕੇ ਇਹਨਾਂ ਕੋ ਸੁਣ ਲਿਓ ਘਰ ਵਿੱਚ ਉਸ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਨੇਮ ਦੇ ਨਾਲ ਦੋ ਵੱਡੀਆਂ ਬੱਚੀਆਂ ਉੱਠੀਆਂ मैं सुंदर गुटका प्रकाश कर लिया ये हकीकत मैं गुरु दी हजूरी विच कह रहे हैं मैं सुंदर गुटका प्रकाश कर लिया पांच बाणियां नित नेम जबानी कंठ आसा दीवार शक्या समेत जबानी कंठ दखनी ओंकार दी महंगी बाणी आ जेड़े गुरमती सिख बाणी पढ़ते उन्हें पता दखनी ओंकार दी बाणी वेख के पढ़नी बड़ी औखी है जबानी कंठ सिद्ध गोष्ठ दी बाणी जबानी कंठ इधर बसंत की वार रामकली की वार चंडी दी वार बच्ची पाठ इतना पढ़े जितना पहाड़ तो पानी लगदा को सतनाम श्री वाहिगुरु
नौवे महले दे श्लोक जिन्ने गुरु तेग बहादुर साहब की बाणी सारी दी सारी जबानी कंठ जय श्री जी वार इधर बारह माह तुखारी पौने चार घंटे मैं सुंदर गुटका प्रकाश करके बैठा रहा ते ओ मैनू बाणी सुणाउंदिया सी गुरु के सिखो फिर उन्हां बच्चियां दे रिश्ते गुरमतियां परिवारां विच होए बराता आईया पता नहीं लगता भी मेली केड़ा ते बराती केड़ा पंगत च बह के उन्हां लंगर छकिया कच्ची कौड़ी दाज भी ओ सिख नूं देनी नहीं पई अज ओ बच्चियां अपने घरां विच राज कर रहियां मेरे कहण तों भाव जे जिहड़े धीआं नूं जम्मण तों पहलां मार दिंदे जे ना इह पाप ना करिया करो अपनियां कुखां नूं कब्रस्तान ना बनाओ इन्हां नूं गुरमत दी सिख्या दिओ इह तुहाडे ते कदे भारू नहीं बनगियां इहो जिहियां बच्चियां जिहड़ियां सारा परिवार अपने मापिआं नूं बाहर लै जांदियां जिन्हां दे घर रोटी नहीं पकदी ओह राज करदे आ सतगुरु कृपा करे तो माता गुजरी जी ने सिख्या दित्ती बेटिओ अगे नित नेम तुसीं अपना करदे जे अज माता तुहानूं सुणाउ ते तुसीं सुणे धन माता गुजरी जी ने अपने बच्चियां नूं धर्म तो निशावर होने की फिर सिख्या दिती आ तोर रही माता गुजरी जी ते विछड़ चुकी अपनी नौ माता जीतो जी का चेता आ गया माता जीतो जी जेदी पावन कुख विचों छोटिया तिना साहबजाद्या दे जन्म होए सी वड्डा साहबजादा माता सुंदरी जी की पावन कुख तो उन्हों का जन्म पौंटा साहब की धरती ते है सी माता जीतो जी बाबा फतेह सिंह जी उदो दो साल दे सी जो इस संसार नू उन्हां ने अलविदा किया अपने पुत्तां दी बाह अपनी सस दादी मां दे हाथ विच फड़ा के आख्या बेटा माता जी ए मेरे प्यार दे मोह दे बाग दे फुल इन्हां दी परवरिश तू करनी आ माता गुजरी जी अपनी विछड़ चुकी नौ दा चेता आ गया ते कह रही मन दे वलवले हन माता कह रही जीतो राणीए सच खंड विचों दो मिनट उधारे लेके आ जा अपने पुत्रां दीआं बरातां चढ़दीआं वेख ला ए लाड़ी मौत नूं व्याहुण जा रही सुणीए माता गुजरी जी अपनी नौ नूं कितना चेते कर रही पई बच्चीए नी चंद चढ़ गई काले ਤਕਲੇ ਮੇਰੀ ਬੱਚੀਏ ਨੀ ਚੰਦ ਚੜ ਦੇ ਖਾਰੇ ਟੁੱਟਣਗੇ ਅੱਜ ਅੰਬਰੋ
चानन चानन होण गेणी ब्रह्मंड अंधियारे आ जाय ठिके सुतिए सुतिए निया शगन मना ले आ जाय ठिके सुतिए निया शगन मना ले मौत वियोने नूनी तेरे लड़ा पाले सुचिया दुद दंदिया निकी उम्रा हले निकिया दुद दिया दंदिया निकी उम्रे हले ओ सुचिया दुद दिया दंदियाँ की उमरियाँ हले सुचियाँ दूध दिया दंदियाँ की उमरियाँ हले अमर होन ले तुरपे निया जमीरा नले अमर होन ले अमर होण लई तोर पे अज वीरा ना ले तन जमणा ओदा शीतला जलज वंडिया पले तन जमणा ओदा शीतला जलज वंडिया पले जमना योदा सीत लाज लाज बढ़िया पले किसे दादी नो मां मिटरा पोत्रा ना पालना पैजे इस सदमे नो इस दुख नो सारना बड़ा उठा वाहे गुरु जी तन माता गुजरी जी अजे कल दियां गल्लां ਨੰਦਪੁਰ ਦੀਆਂ ਰੌਣਕਾਂ ਸਾਰੀਆਂ ਉਜੜ ਪੁਜੜ ਗਈਆਂ ਇਕਲੌਤਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦੇ ਨਾਲ ਦੋ ਫਰਜ਼ੰਦਾ ਉਹਦੇ ਨਾਲ ਕੀ ਬੀਤੀ ਹੋਏਗੀ ਮਾਤਾ ਨੂੰ ਕੋਈ ਖਬਰ ਨਹੀਂ ਦੇ ਲੈ ਕੇ ਜ਼ਿੰਦਗੀ ਵਿੱਚੋਂ ਦੋ ਤੋਤੇ ਰਹਿੰਦੇ ਛੋਟੇ ਜਿਨ੍ਹਾਂ ਨੂੰ ਸੂਬਾ ਸਰੰਦ ਹਜ਼ੂਰ ਖਾਨ ਦੀ ਕਚਹਿਰੀ ਵਿੱਚ ਤੋਰ ਰਿਹਾ ਬੱਚੇ ਮੌਤ ਨੂੰ ਮਿਲਣ ਜਾ ਰਿਹਾ ਕਿਸੇ ਖੇਡ ਦੇ ਮੈਦਾਨ ਵਿੱਚ ਨਹੀਂ ਅੱਜ ਕਿਤੇ ਮਾਂ ਦੀ ਮਮਤਾ ਵੇਖਣੀ ਹੋਵੇ ਨਾ
बच्चा बाहर खेडन जावे ते मां सिख्या दीदी बेटा वेखी किते सट ना लवा लैण, तेरे किते कपड़े ना गंदे हो जाण, किसे नाल लड़के नहीं आउणा ते जल्दी वापस आ जाणा। ते जे बच्चा खेडदा खेडदा खेड विच वधेरे रोजे फिर मां दौड़दी दादी दौड़दी पिता दौड़दा भी मेरा नौ निहाल मेरा फरजंद क्यों नहीं आया। पर तन माता गुजरी जी पता भी जिथे जा रहे हैं इन्हें अजे वापस नहीं आने। तोर ही अपने बच्चों सूबा सरहंद वजीर खान की कचहरी साहबजाद लैण वास्ते सिपाही आए आए। तन माता गुजरी जी अपने बच्चों आखिरी सिक्ख्या दी बेटे हो मैं तुहानू सिक्ख्या दिनी हां तुहानू बड़े वड्डे होर डरावे दिते जाणगे तुहानू बड़े लालच दिते जाणगे पर बेटियो जिन्ना चिर तक तुहाडे शरीर दे अंदर ए स्वासा दी लड़ी चलदी है ना वेख्यो किते गुरु गोबिंद सिंह दी सिक्खी नू दाग ना ला दे। वाहिगुरु वाहिगुरु साहिबजादियां ने आख्या माता ए जमाना देखेगा तेरे पुत्र पोतरे सिक्खी दे विच पूरे दे पूरे नंबर लेके पास होणगे। ए धौणा टुट के जाणगियां पर दुश्मन से गाड़ी कदे झुकणगियां। सच है साहिबजादे जा रहे सूबे की कचहरी वाले पुलसी अपना दा पेज खेल रहे हो साहिबजादे अज सूबे दे इरादे बिगड़ गए जे जान बचाउणी जे ना ते धर्म तब्दील कर दिओ सनाम जांदे मिला दिओ। आंदे वड्डा गेट भी कचहरी दा बंद कीता गया छोटा दरवाजा बारी खुली रखी गई साहिबजादे आउणगे पहलो सिर नवाउणगे ते जदो सिर बारी थाणी करनगे ते कह देंगे भी सूबे सरहंद नूं साहिबजादियां ने सलाम बुलाती है सिर नवा लिया। पर वो गुरु गोबिंद सिंह दे फरजंद सन ਉਹਨਾਂ ਪਹਿਲਾਂ ਆਪਣਾ ਪੈਰ ਕੱਢਿਆ ਬਾਰੀ ਥਰੀ ਜਾਲਮ ਨੂੰ ਜੁੱਤੀ ਵਿਖਾਈ ਆ ਤੇ ਔਖੇ ਹੋ ਕੇ ਫਿਰ ਧੌਣਾ ਲਗਾਈਆਂ ਤੇ ਅੱਗੇ ਨਾਲੋਂ ਵੀ ਬੁਲੰਦ ਆਵਾਜ਼ ਵਿੱਚ ਸਾਹਿਬਜ਼ਾਦਿਆਂ ਨੇ ਜਕਾਰਾ ਲਾਇਆ ਜਿੱਥੇ ਉਹਨਾਂ ਦੀ ਕੋਈ ਫਤਿਹ ਦਾ ਜਵਾਬ ਦੇਣ ਵਾਲਾ ਵੀ ਨਹੀਂ ਸੀ। ਸੂਬਾ ਸਰਹੰਦ ਰਜੀਤ ਖਾਨ ਸੜਬੜ ਕੇ ਕੋਲਾ ਹੋ ਗਿਆ ਉਹਨੇ ਆਖਿਆ ਵਾ ਸਾਹਿਬਜ਼ਾਦਿਓ ਜੇ ਇਹਨਾਂ ਮੰਨੇ ਜਿਉਂਦਿਆਂ ਨੂੰ ਨੀਂਹ ਦੇ ਵਿੱਚ ਚਿਣ ਕੇ ਰੱਖ ਦੂੰਗਾ ਮਾਰ ਕੇ ਤਲਵਾਰ ਤੁਹਾਡੇ ਸਿਰ ਕਲਮ ਕਰ ਦੂੰਗਾ। ਸਾਹਿਬਜ਼ਾਦਿਆਂ ਨੇ ਆਖਿਆ ਵਜੀਦ ਖਾਨ ਜੇ ਤੇ ਅਕਾਲ ਪੁਰਖ ਨੂੰ ਇਹੋ ਹੀ ਪਾਉਂਦਾ ਆਇਆ ਵੀ ਸਾਡੇ ਸਿਰ ਇਹਨਾਂ ਨੀਂਹਾਂ ਵਿੱਚ ਡਿੱਗਣ ਤੇ ਸਾਡਿਆਂ ਸਿਰਾਂ ਉੱਤੇ ਸਿੱਖ ਪੰਥ ਦਾ ਮਹਿਲ ਉਸਰੇ ਇਹ ਫਿਰ ਹੋ ਕੇ ਰਹਿਣਾ। ਵਾਹ ਵਾਹ ਨਾ ਕਰ ਜ਼ੁਲਮ ਹੋਇਆ ਸੀ ਤੇਰਾ ਗਵਾਇਆ ਕੀ ਇਹ ਜਿਹੜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਡੇ ਅੰਦਰ ਜੋਤ ਜਗਾਈ ਹੈ ਨਾ ਇਹਨੂੰ ਤੂੰ ਬੁਝਾ ਨਹੀਂ ਸਕਦਾ ਤੇ ਨਾ ਤੇਰੀਆਂ ਤਲਵਾਰਾਂ ਬੁਝਾ ਸਕਦੀਆਂ। ਨਾ ਕਰ ਜ਼ੁਲਮ ਤੇਰਾ ਗਵਾਇਆ ਕੀ ਅਸੀਂ ਇਹ ਤੇਰੇ ਰਾਜ ਤੇਰੀਆਂ ਹਕੂਮਤਾਂ ਹੀ ਰਹਿਣੀਆਂ ਨੇ ਸਦਾ। ਆਂਦੇ ਕਿਸੇ ਰਾਜੇ ਦੇ ਮਹਿਲ ਦੇ ਗਾੜੀ ਕੋਈ ਸਿਪਾਹੀ ਦਰਬਾਰ ਖਲੋਤਾ ਸੀ ਸਾਈ ਪਖੀਰ ਆਇਆ ਉਹਨੇ ਆਖਿਆ ਮੈਂ ਸਰਾਂ ਦੇ ਵਿੱਚ ਰਾਤ ਕੱਟਣੀ। ਉਹਨੇ ਆਖਿਆ ਤੂੰ ਪਾਗਲ ਹੋ ਗਿਆ ਇਹ ਰਾਜੇ ਦਾ ਮਹਿਲ ਤੂੰ ਇਹਨੂੰ ਸਰਾਂ ਨਾ। ਆਂਦਾ ਤੈਨੂੰ ਭੁਲੇਖਾ ਇਹ ਸਰਾਂ ਵਾ। ਝਗੜਾ ਸ਼ੁਰੂ ਹੋ ਗਿਆ ਅੰਦਰ ਰਾਜੇ ਤੱਕ ਆਵਾਜ਼ ਪਹੁੰਚੀ ਉਹਨੇ ਅੰਦਰੋਂ ਇੱਕ ਸਿਪਾਹੀ ਨੂੰ ਘੱਲਿਆ ਵੀ ਜਾ ਗੇਟ ਤੇ ਵੇਖ ਰੌਲਾ ਗੋਲਾ ਕਾਹਦਾ ਹੋ ਰਿਹਾ ਮੈਨੂੰ ਆ ਕੇ ਦੱਸ। ਉਹਨੇ ਆ ਕੇ ਦੱਸਿਆ ਇੱਕ ਪਾਗਲ ਜਿਹਾ ਬੰਦਾ ਪਾਟੇ ਦੇ ਕੱਪੜੇ ਪਾਏ ਪੈਰਾਂ ਤੋਂ ਨੰਗਾ ਕੋਈ ਸਾਈ ਪਖੀਰ ਲੱਗਦਾ ਆਂਦਾ ਮੈਂ ਸਰਾਂ ਵਿੱਚ ਰਾਤ ਕੱਟਣੀ। ਉਹਨੇ ਆਖਿਆ ਮੇਰੇ ਕੋਲ ਬੁਲਾਓ। ਰਾਜੇ ਨੇ ਕੋਲ ਬੁਲਾ ਲਿਆ ਉਹਨੇ ਆਖਿਆ ਉਹ ਸਾਈ ਪਖੀਰ ਤੈਨੂੰ ਇਹ ਦੱਸਿਆ ਨਹੀਂ ਗਿਆ ਵੀ ਇਹ ਮੇਰਾ ਮਹਿਲ ਹੈ ਮੇਰਾ ਰਣਵਾਸ ਹੈ ਮੈਂ ਇੱਥੇ ਰਹਿਣਾ ਤੂੰ ਇਹਨੂੰ ਸਰਾ ਨਾ ਤੂੰ ਕਿਉਂ ਨਾ। ਆਂਦਾ ਮੈਂ ਇੱਥੇ 60-70 ਵਰੇ ਪਹਿਲਾਂ ਆਇਆ ਸੀ ਜਿੱਥੇ ਤੂੰ ਬੈਠਾ ਨਾ ਇੱਥੇ ਤੂੰ ਨਹੀਂ ਸੀ ਬੰਦਾ ਕੋਈ ਹੋਰ ਬੈਠਾ ਸੀ। ਆਂਦਾ ਤੂੰ ਠੀਕ ਆ ਨਾ ਉਹ ਮੇਰਾ ਬਾਬਾ ਸੀ। ਆਂਦਾ ਮੈਂ 10 ਵਰੇ ਫਿਰ ਆਇਆ ਬਾਅਦ ਤੇ ਉਹ ਤੇਰਾ ਬਾਬਾ ਨਹੀਂ ਸੀ ਹੈਗਾ ਬੰਦਾ ਹੋਰ ਬੈਠਾ ਸੀ ਬਦਲ ਕੇ। ਉਹਨੇ ਆਖਿਆ ਤੂੰ ਦਰੁਸਤਾ ਨਾ ਉਹ ਮੇਰਾ ਬਾਪ ਸੀ।
ਆਂਦਾ ਮੈਂ ਹੋਣਾ ਤੇ ਤੇਰਾ ਬਾਪ ਨਹੀਂ ਹੈਗਾ ਤੇ ਜਦੋਂ ਤੂੰ ਨਹੀਂ ਹੋਏਗਾ ਉਹਨੇ ਆਖਿਆ ਉਦੋਂ ਮੇਰਾ ਪੁੱਤਰ ਹੋਏਗਾ ਉਹਨੇ ਆਖਿਆ ਉਹ ਪਾਗਲ ਰਾਜਾ ਪਾਗਲ ਤੂੰ ਮੈਨੂੰ ਆਨਾ ਅਕਲ ਤੈਨੂੰ ਨਹੀਂ ਤੇਰਾ ਬਾਬਾ ਆਇਆ ਤੁਰ ਗਿਆ ਬਾਪ ਆਇਆ ਚਲੇ ਗਿਆ ਤੂੰ ਆਇਆ ਤੇ ਚਲੇ ਜਾਣਾ ਤੇ ਜਿੱਥੇ ਕੋਈ ਨਿਤ ਆਵੇ ਨਿਤ ਜਾਵੇ ਉਹ ਘਰ ਹੁੰਦਾ ਕਿ ਸਰਾਹ ਹੁੰਦੀ ਓਏ ਤਖਤ ਛੱਡ ਕੇ ਥੱਲੇ ਆ ਗਿਆ ਉਹਨੇ ਆਖਿਆ ਉਹ ਸਾਈਂ ਪਖੀਰ ਮੈਨੂੰ ਅਕਲ ਦੇਤੀ ਸਾਹਿਬਜ਼ਾਦਿਆਂ ਨੇ ਆਖਿਆ ਸੂਬਾ ਸਰਹੰਦ ਵਜੀਦ ਖਾਨ ਇਹ ਤੇਰੀਆਂ ਕਚਹਿਰੀਆਂ ਇਹ ਤੇਰੇ ਰਾਜ ਇਹ ਸਦਾ ਨਹੀਂ ਰਹਿਣੇ ਇੱਕ ਦਿਨ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੋਏਗਾ ਤੇਰਾ ਸਾਰੇ ਦਾ ਸਾਰਾ ਤੈਸ਼ ਨਸ਼ ਕਰਕੇ ਰੱਖ ਦੇਗਾ ਜਿਤਨਾ ਸਾਹਿਬਜ਼ਾਦਿਆਂ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਸੂਬਾ ਸਰਹੰਦ ਦੀ ਭਰੀ ਕਚਹਿਰੀ ਵਿੱਚ ਬੁਲੰਦ ਆਵਾਜ਼ ਵਿੱਚ ਉਹਨੂੰ ਜੋ ਜਵਾਬ ਦਿੱਤਾ ਲੈਣਾ ਤੁਹਾਡੇ ਸਾਹਮਣੇ ਇੰਜ ਜੋੜੀ ਬਿਆਨ ਕਰ ਜਿਉਂਦੇ ਚਿਣਦੇ ਤੂੰ ਦਵਾਰ ਸਾਰੀ ਤੇਰੀ ਹੀਨ ਮੰਨਣੀ ਜਾਨਾ ਦਿਆਂਗੇ ਧਰਮ ਉਤਵਾਰ ਓਏ ਅਸਾਰੀ ਤੇਰੀ ਹੀਨ ਮੰਨਣੀ ਬੋਲੇ ਗੁਰੂ ਦੇ ਦੁਲਾਰੇ ਕੋ ਹੱਸ ਕੇ ਕਦੇ ਮੌਤ ਤੋਂ ਨਹੀਂ ਜਾਂਦੇ ਸ਼ੇਰ ਸਾਰੀ ਤੇਰੀ ਹੀਨ ਮੰਨਣੀ ਜਾਨਾ ਦਿਆਂਗੇ ਧਰਮ ਉਤਵਾਰ ਓਏ ਸਾਰੀ ਤੇਰੀ ਹੀਨ ਮੰਨਣੀ ਅਸੀਂ ਪੁੱਤਰ ਹਾਂ ਉਸ ਨਾਮ ਪੀਰ ਦੇ ਜਿੰਨੇ ਗੱਲ ਲਾਏ ਹਿੰਦੂ ਕਸ਼ਮੀਰ ਦੇ ਅਸੀਂ ਪੁੱਤਰ ਪੀਰ ਦੇ ਜਿੰਨੇ ਗੱਲ ਲਾਏ ਹਿੰਦੂ ਕਸ਼ਮੀਰ ਦੇ ਚੋਰ ਲਾਲ ਅਸੀਂ ਚੋਰ ਲਾਲ ਅਸੀਂ ਹੋਰੰਗ ਬਦਕਾਰ ਓਏ ਸਾਰੀ ਤੇਰੀ ਹੀਨ ਮੰਨਣੀ ਜਾਨਾ ਸਾਰੀ ਤੇਰੀ ਹੀਨ ਮੰਨਣੀ ਕਲਿਆਰ ਅਸੀਂ ਜੀਤਦੇ ਜ਼ਾਰ ਦੇ ਵਿੱਚ ਜੰਗ ਦੇ ਕਦੇ ਨਾ ਜੜੇ ਹਾਰਦੇ ਨਿੱਕੇ ਪੀਰ ਅਸੀਂ ਅਜੀਤਦੇ ਜੁਝਾਰ ਦੇ ਵਿੱਚ ਜੰਗ ਸਾਰੀ ਤੇਰੀ ਹੀਨ ਮੰਨਣੀ ਜਾਨਾ ਦਿਆਂਗੇ ਧਰਮ ਉਤਵਾਰ ਓਏ ਸਾਰੀ ਤੇਰੀ ਹੀਨ ਮੰਨਣੀ ਸ਼ੇਰ ਪਿੰਜਰੇ ਦੇ ਵਿੱਚ ਪੈਲੀ ਪੁੱਕਦੇ ਮੌਤ ਵੇਖ ਕੇ ਕਦੇ ਨਾ ਸਿੰਘਾਂ ਚੁੱਕਦੇ ਟੁੱਟ ਕਰਦੇ ਤੂੰ ਤਲਵਾਰ ਓਏ ਸਾਰੀ ਤੇਰੀ ਹੀਨ ਮੰਨਣੀ ਜਾਨਾ ਦਿਆਂਗੇ ਧਰਮ ਉਤਵਾਰ ਓਏ ਸਾਰੀ ਤੇਰੀ ਹੀਨ ਮੰਨਣੀ ਜਥੇ ਸਿੰਘਾਂ ਦੇ ਸਰੰਦ ਤੇਰੇ ਤੈਨੂੰ ਕੀਤੀਆਂ ਨਾ ਫਲ ਪਗ ਤੋਂਗੇ
ਜਥੇ ਸਿੰਘਾਂ ਦੇ ਸਰਦ ਤੇਰੀ ਢੋਂਗੇ ਤੈਨੂੰ ਕੀਤੀਆਂ ਦਾ ਪਾਲ ਪਗਾ ਢੋਂਗੇ ਦਿਨਾ ਦੀ ਹੈ ਤੇਰੀ ਸਰਕਾਰ ਓਏ ਸਾਰੀ ਤੇਰੀ ਹੀਨ ਮੰਨਣੀ ਜਾਨਾ ਤਿਆਂਗੇ ਜਾਨਾ ਸਾਰੀ ਤੇਰੀ ਇਨ ਮੰਨਣੀ ਜਦੋਂ ਕੋਈ ਉਹਨਾਂ ਨੂੰ ਡਰਾਵਾ ਡਰਾ ਨਾ ਸਕਿਆ ਕੋਈ ਲਾਲਚ ਉਹਨਾਂ ਨੂੰ ਖਰੀਦ ਨਾ ਸਕਿਆ ਸਾਹਿਬਜ਼ਾਦਿਆਂ ਨੂੰ ਫਿਰ ਨੀਹਾਂ ਵਿੱਚ ਚਿਣ ਦਾ ਫੈਸਲਾ ਕੀਤਾ ਗਿਆ ਇਹ ਸਰਕਾਰ ਨੂੰ ਪੁਰਾਣੀ ਆਦਤ ਸੀ ਤੁਸੀਂ ਆਖੋਗੇ ਵੀ ਪਹਿਲਾਂ ਵੀ ਕਿਸੇ ਨੂੰ ਨੀਂਹ ਵੀ ਚੜਿਆ ਸੀ ਉਹ ਮਹਾਂਪੁਰਸ਼ ਜਿਹਦੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਸਦਨਾ ਉਹ ਸਰਹੰਦ ਤੇ ਰਹਿਣ ਵਾਲਾ ਸੀ ਜਿਹਨੂੰ ਪਹਿਲਾਂ ਨੀਂਹ ਵਿੱਚ ਚੜ ਕੇ ਨਾ ਸ਼ਹੀਦ ਕੀਤਾ ਸੀ ਸਾਹਿਬਜ਼ਾਦਿਆਂ ਦੀ ਬੜੇ ਡਰਾਵੇ ਦਿੱਤੇ ਇੱਧਰ ਮੈਂ ਕਿਤੇ ਭੁੱਲ ਨਾ ਜਾਵਾਂ ਉਸ ਮੁਸਲਮਾਨ ਦੀ ਕੁਰਬਾਨੀ ਉਹਦੀ ਸਚਾਈ ਮੁਹੰਮਦ ਸ਼ੇਰ ਖਾਂ ਮਲੇਰਕੋਟਲੇ ਦੇ ਰਹਿਣ ਵਾਲਾ ਕਚਹਿਰੀ ਵਿੱਚ ਹਾਜ਼ਰ ਹੋਇਆ ਉਹਨੂੰ ਪਤਾ ਲੱਗਾ ਉਹਨੇ ਆਖਿਆ ਖੁਦਾ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਉਹ ਏਡੇ ਏਡੇ ਛੋਟੇ ਬੱਚਿਆਂ ਨੂੰ ਮਾਸੂਮ ਬੱਚਿਆਂ ਨੂੰ ਨੀਹਾਂ ਵਿੱਚ ਚਿੰਦਣਾ ਉਹਨਾਂ ਨੂੰ ਮਾਰ ਦੇਣਾ ਖੁਦਾ ਤੁਹਾਨੂੰ ਕਦੇ ਵੀ ਮਾਫ਼ ਨਹੀਂ ਕਰੇਗਾ ਇਹ ਇਸਲਾਮ ਨੂੰ ਕਲੰਕ ਲਾ ਰਹੇ ਉਹਨੇ ਆਖਿਆ ਤੇਰਾ ਭਨਾ ਨਾਰ ਖਾਨ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਚ ਮਾਰਿਆ ਸੀ ਆਪਣੇ ਭਰਾ ਦਾ ਬਦਲਾ ਲੈ ਲਾ ਉਹਨੇ ਆਖਿਆ ਨਹੀਂ ਆਪਣੇ ਭਰਾ ਦਾ ਬਦਲਾ ਮੈਂ ਗੁਰੂ ਗੋਬਿੰਦ ਸਿੰਘ ਤੋਂ ਲਊਂਗਾ ਉਹਦੇ ਬੱਚਿਆਂ ਤੋਂ ਨਹੀਂ ਕਿੱਡੇ ਇਨਸਾਫ਼ ਦਿਲ ਬੰਦੇ ਹੁੰਦੇ ਹਾ ਦਾ ਨਾਰਾ ਉਹਨੇ ਲਾਇਆ ਉਹਦੀ ਕਿਸੇ ਨਾ ਸੁਣੀ ਪਰ ਉਹ ਦੁਨੀਆਂ ਉੱਤੇ ਸਿੰਘੋ ਜਿਉਣ ਜੋਗਾ ਨਾ ਛੱਡ ਗਿਆ ਅੱਜ ਵੀ ਤੁਸੀਂ ਜਾਓ ਜਦੋਂ ਆਪਾਂ ਪਟਿਆਲੇ ਤੋਂ ਫਤਿਹਗੜ੍ਹ ਸਾਹਿਬ ਜਾਂਦੇ ਹਾਂ ਉਹ ਮੁਹੰਮਦ ਸ਼ੇਰ ਖਾਨ ਦਾ ਸੁੰਦਰ ਗੇਟ ਬਣਿਆ ਚੰਗੇ ਬੰਦੇ ਨੇਕੀ ਖੜ ਜਾਂਦੇ ਧਰਮ ਕੋਈ ਵੀ ਮਾੜਾ ਨਹੀਂ ਧਰਮਾਂ ਦੇ ਵਿੱਚ ਬੰਦੇ ਮਾੜੇ ਮਾੜੇ ਧਰਮ ਕੋਈ ਮਾੜਾ ਨਹੀਂ ਜੇ ਆਖੇ ਮੁਸਲਮਾਨ ਧਰਮ ਮਾੜਾ ਨਹੀਂ ਉਹ ਪੀਰ ਬੁੱਧੂ ਸ਼ਾਹ ਜਿਹਨੇ ਜਾਨਾਂ ਤੋਂ ਪਿਆਰੇ ਦੋ ਪੁੱਤਰ ਤੇ 400 ਮਰੀਦ ਭਗਾਣੀ ਦੇ ਜੰਗ ਵਿੱਚ ਮਹਾਰਾਜ ਨਾਲ ਸ਼ਹੀਦ ਕਰਵਾਇਆ ਸੀ ਉਹ ਗਣੀ ਖਾਂ ਤੇ ਨਦੀ ਖਾਂ ਜਿਨ੍ਹਾਂ ਨੇ ਮੋਢਿਆਂ ਤੇ ਚੁੱਕ ਕੇ ਗੁਰੂ ਪਾਤਸ਼ਾਹ ਨੂੰ ਖੜਿਆ ਸੀ ਉੱਚੇ ਪੀਰ ਤੋਂ ਬਣ ਕੇ ਗਏ ਗੁਰੂ ਕਿਰਪਾ ਕਰੇ ਉਹ ਭੀਖਮ ਸ਼ਾਹ ਜਿਹਨੇ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਸਭ ਤੋਂ ਪਹਿਲਾਂ ਪਛਾਣਿਆ ਉਹ ਰਾਏ ਬੁਲਾਰ ਜਿਹਨੇ ਗੁਰੂ ਨਾਨਕ ਮਹਾਰਾਜ ਦੀ ਪਛਾਣ ਕੀਤੀ ਧਰਮ ਕੋਈ ਮਾੜਾ ਨਹੀਂ ਧਰਮਾਂ ਦੇ ਵਿੱਚ ਬੰਦੇ ਹੀ ਮਾੜੇ ਹੁੰਦੇ ਆਖਰ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਦਾ ਫੈਸਲਾ ਕੀਤਾ ਗਿਆ ਕੋਈ ਇਹਨਾਂ ਨੂੰ ਮਾਰਨ ਨੂੰ ਤਿਆਰ ਨਹੀਂ ਹੁੰਦਾ ਸ਼ਾਸ਼ਨ ਦੇਗ ਤੇ ਬਾਸ਼ਨ ਦੇਗ ਸਮਾਣੇ ਦੇ ਰਹਿਣ ਵਾਲੇ ਜਲਾਸ ਉਹਨਾਂ ਦਾ ਕਚਹਿਰੀ ਵਿੱਚ ਕੋਈ ਮੁਕੱਦਮਾ ਚੱਲਦਾ ਸੀ ਉਹਨਾਂ ਆਖਿਆ ਜੇ ਸਰਕਾਰ ਸਾਡਾ ਮੁਕੱਦਮਾ ਵਾਪਸ ਲੈ ਲੈ ਸਾਨੂੰ ਰਿਹਾ ਕਰ ਦੇ ਤੇ ਇਹ ਕੰਮ ਅਸੀਂ ਕਰਾਂਗੇ ਬੰਦਾ ਆਪਣੀ ਜਾਨ ਬਚਾਉਣ ਬਦਲੇ ਕਿੰਨੇ ਵੱਡੇ ਪਾਪ ਕਰਨ ਤੇ ਤੁਲ ਜਾਂਦਾ ਸਾਹਿਬਜ਼ਾਦਿਆਂ ਨੂੰ ਕਿਸ ਤਰ੍ਹਾਂ ਨੀਹਾਂ ਵਿੱਚ ਚਿਣਿਆ ਗਿਆ ਕਿਸ ਤਰ੍ਹਾਂ ਉਹਨਾਂ ਦੀ ਨੀਂਹ ਉਸਰ ਰਹੀ ਆ ਪਿਆਸ ਕਰ ਲਿਖਦੇ ਜਦੋਂ ਗੋਡਿਆਂ ਤੱਕ ਕੰਧ ਗਈ ਆ ਤੇ ਉਹਨੇ ਆਖਿਆ ਸਰਕਾਰ ਦੀ ਇੱਟ ਖਰਾਬ ਨਹੀਂ ਕਰਨੀ ਇਹਨੂੰ ਤੋੜਨਾ ਨਹੀਂ ਇਹਨਾਂ ਦੀਆਂ ਚੱਪੜੀਆਂ ਝਾੜ ਦਿੱਤੀਆਂ ਜਾਣ ਸਾਹਿਬਜ਼ਾਦਿਆਂ ਦੇ ਗਿੱਟੇ ਝਾੜ ਦਿੱਤੇ ਗਏ ਗੁਰੂ ਕੇ ਸਿੱਖੋ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੀਰ ਸਪੁੱਤਰ ਜਿਸ ਤਰ੍ਹਾਂ ਮੌੜ ਲਾੜੀ ਮੌਤ ਨੂੰ ਵਿਆਹ ਰਿਹਾ ਆਪਣੇ ਧਰਮ ਨੂੰ ਕਾਇਮ ਰੱਖ ਰਿਹਾ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਜ਼ਾਲਮ ਬੇਦਰਦਾਂ ਨੇ ਵਿਗੜੀ ਅੱਤ ਦੇ ਦਿਲ ਖੋਟੇ ਜਿਨ ਦੇ ਵਿੱਚ
चिनते विच निहदे पोते मां गुजरी दे छोटे चानंद जालम दे मुँह चो गल मौत बन आई दिल किरण तरमिया दे काली कंटा अंबर दे शाई तो सूरज छिपने नाल इनकी लोच मकाओ तारे जुगा तक गरजनगे योदे लखने दो तारे कदे मन दे ई नहीं धूले हो जन टोटे टोटे चिनते सर्दी कहरा दी थरिया इट्टा थरिया गारा सर्दी नाल सुन हो गया सर्दी नाल सुन हो गया सो गया कून जिस्म दा सारा अज भारत माता दे मित्र पूर गलोटे चिनते विच निहदे पोते मां गुजरी दे छोटे अज जद गंद अपड़ी तक नैण जमाले सर्दी फिर कट ले निहां चो फिर कट ले निहां चो कुदरत हो तको की कर दी चुग चलो धर्मिया दा समझो बंद पाप दे कोटे चिनते विच निहदे पोते मां गुजरी दे छोटे फिर भी मन में ना शाशन पाशन कर गुजारे छुरिया नाल शीद करे छुरिया नाल शहीद करे ना बलदेव धर्म तो हारे जुग चारे चमकण गे हीरे लाले सुच्चे गोटे चिनते विच निहदे पोते मां गुजरी दे छोटे चिनते दसंबर 1704 नूं सरहंद दे शहर विच वड्डा जुल्म होया 2200 घर सी हिंदुआं दा 2200 किसे दे घर विच रोटी नहीं पकी किसे ने चुल्हे विच अग नहीं बाली वाहिगुरु जी वाहिगुरु मैं बेनती करां जदों साहिबजादियां दे शहादत दे दिन आउंदे हुंदे ना इन्हां दिनां विच
अपने पुत्रां दे व्याह शादियां ना करया करो। ए पांच सात दिन गिनती दे ना, इन्हां नूं विचार लिया करो। जे ते गुरमत अनुसार व्याह करना ते फिर मनाई भी कोई नहीं, पर जे हो जे सजनों असी व्याह करन लग पे हन। आ पिछे जे मरिंडे दे लागे कड़ूआ पिंड आ, उत्थे दीवान सी साडा ते साहबजादियां दी जात, ओह जोड़ मेला कर रहे सी। ओह सड़क तो नंगे ते बहुत वड्डा टेंट लगा, उत्थे लच्चर गंदे गाने ते शराबां दे दौर चल रहे सी। सुना के गए जदों ए दिन आउंदे आ ना, मैं वेखे जिन्हां दे अंदर साहबजादियां दी शहादत दा कदर है, दर्द है, ओ अपने आसन सिंगो मंजां तो थले ला लैंदे। ओ मंजां ते नहीं सौंदे वी इन्हां दिनां विच साहिब गुरु गोबिंद सिंह महाराज सानू सरदारियां देण वास्ते अपने पुत शहीद करके ते माछीवाड़े दे जंगलां च पुंजे लम्मे पै सन, पिंड दा सराहणा ला के माता गुजरी जी ने ठंडे बुरज विच जालमा ने पाया सी। इन्हां दिनां असीं मंजां ते वी नहीं चढ़ के सौंदे, उन्हां दी याद च बह के ए सारा समा बतीत करना। गुरु कृपा करे तुसी भी उदम पुराला करया करो। ओ साहबजादे जिन्हां दी आपां याद में जुड़ बैठे, जिन्हां दी फतेहगढ़ साहब जिन्हां नहीं जाना ना, उन्हां दी हाजरी इत्थे लागी समझ। ओ साहबजादे किसे भी धर्म दे सत ते नौ साल दे बच्चे नूं किसे ने अजे तक बाबा नहीं दिया गया, ये उन्हां दी महानता दा चिन्ह है जिन्हां ने कौम नूं एक लीड दित्ती आ और एक जिंदगी जीण दा नवां ढंग सिखाया। उस फुल जिन्हां नूं जरा जिनी तत्ती वाल लगे ना ते ओह कमला सकदे सी, जिन्हां ने सानूं खिड़े मत्थे रहण दी जात सिखाई, ओह सन बाबा जोरावर सिंह ते बाबा फतेह सिंह। जदों ना मन्ने ਨੀਹਾਂ ਵਿੱਚ ਚਿਣ ਦਿੱਤਾ ਗਿਆ, ਆਂਦੇ ਗਲ ਤੱਕ ਜਦੋਂ ਨੀਂਹ ਗਈ ਹੈ, ਕੁਝ ਕੁਝ ਇਤਿਹਾਸਕਾਰ ਲਿਖਦੇ ਨੀਂਹ ਗੜਗੜਾਰ ਕਰਕੇ ਡਿੱਗ ਪਈ ਆ। ਬੈ ਸਾਹਿਬਜ਼ਾਦੇ ਕੁਝ ਕਹਿੰਦੇ ਵੀ ਉਹਨਾਂ ਦੇ ਸੀਸ ਤਲਵਾਰ ਦੇ ਨਾਲ ਕੱਟ ਦਿੱਤੇ ਗਏ ਆ। ਬਹੁਤੇ ਇਤਿਹਾਸਕਾਰਾਂ ਦੀ ਰਹਿ ਹੈ ਕਿ ਸਾਹਿਬਜ਼ਾਦਿਆਂ ਨੂੰ ਫਿਰ ਹੋਸ਼ ਵਿੱਚ ਲਿਆ ਕੇ ਉਹਨਾਂ ਦੀਆਂ ਛਾਤੀਆਂ ਉੱਤੇ ਜਾਲਮਾਂ ਨੇ ਗੋਡੇ ਰੱਖ ਕੇ ਤੇ ਛੁਰੀਆਂ ਦੇ ਨਾਲ ਸ਼ਹੀਦ ਕੀਤਾ। ਇਹ ਗੱਲ ਕਹਿ ਦੇਣੀ, ਸੁਣ ਲੈਣੀ, ਲਿਖ ਲੈਣੀ ਬੜੀ ਸੌਖੀ ਆ, ਪਰ ਸਿੰਘੋ ਜਦੋਂ ਉੱਤੇ ਵਾਪਰਦੀ ਆ ਨਾ ਪਤਾ ਫਿਰ ਲੱਗਦਾ। ਮੈਂ ਬੇਨਤੀ ਕਰਾਂ ਜੇ ਇਹੋ ਜਿਹਾ ਸ਼ਾਨਾ ਮਤੀ ਇਤਿਹਾਸ ਸੁਣ ਕੇ ਵੀ ਅਸੀਂ ਆਪਣੇ ਧਰਮ ਵਿੱਚ ਪਰਪੱਕ ਨਾ ਰਹੀਏ ਨਾ ਤੇ ਫਿਰ ਸਾਡੇ ਤੋਂ ਵੱਧ ਕਿਸਮਤ ਬੰਦਾ ਦੁਨੀਆਂ ਵਿੱਚ ਹੋਰ ਕੋਈ ਨਹੀਂ ਹੋ ਸਕਦਾ। ਗੁਰੂ ਕਿਰਪਾ ਕਰੇ ਟੋਡਰ ਮੱਲ ਨੂੰ ਪਤਾ ਲੱਗਾ, ਦੌੜਿਆ ਦੌੜਿਆ ਵੀ ਮੈਂ ਸਾਹਿਬਜ਼ਾਦਿਆਂ ਨੂੰ ਜਾ ਕੇ ਮਾਇਆ ਦੇ ਕੇ ਛਡਵਾ ਲਵਾਂ, ਪਰ ਉਹਦੇ ਆਉਂਦਿਆਂ ਨੂੰ ਇਹ ਘਟਨਾ ਵਾਪਰ ਚੁੱਕੀ ਸੀ। ਆਖਰ ਸੂਬਾ ਸਰਹੰਦੀ ਕਚਹਿਰੀ ਵਿੱਚ ਹਾਜ਼ਰ ਹੋਇਆ, ਆਂਦਾ ਇਹਨਾਂ ਬੱਚਿਆਂ ਦਾ ਸੰਸਕਾਰ ਮੈਂ ਕਰਨਾ ਚਾਹੁੰਦਾ। ਉਹਨੇ ਆਖਿਆ ਜਗ੍ਹਾ ਮੁੱਲ ਲੈ ਕੇ ਕਰ ਸਕਦਾ, ਸਿੰਘੋ ਅਸੀਂ ਤੇ ਇੰਨੇ ਨਿਸ਼ੁਕਰੇ ਹਾਂ ਨਾ, ਕਿਤੇ ਗੁਰਮਤਿ ਸਮਾਗਮ ਹੋਏ ਨਾ ਤੇ ਪ੍ਰਬੰਧਕਾਂ ਨੂੰ ਕਈ ਕਈ ਗੱਲਾਂ ਸੁਣਨੀਆਂ ਪੈਂਦੀਆਂ ਵੀ ਇਹਨਾਂ ਪੈਸੇ ਵਿੱਚੋਂ ਰੱਖੇ ਆ, ਪੈਸੇ ਖਾ ਕੇ ਜ਼ਿਆਦਾ ਇਕੱਠੇ ਕਰ ਰਹੇ, ਦਿੱਤੇ ਥੋੜ੍ਹੇ ਲੱਗੇ ਥੋੜ੍ਹੇ, ਪਰ ਉਹ ਟੋਡਰ ਮੱਲ ਜੋਹਰੀ ਜਿੰਨੀ ਉਹਦੀ ਪੂੰਜੀ ਸੀ ਨਾ ਜ਼ਿੰਦਗੀ ਦੀ ਇਕੱਠੀ ਕੀਤੀ, ਸੋਨੇ ਦੀਆਂ ਖੜੀਆਂ ਮੋਹਰਾਂ ਰੱਖ ਕੇ ਤੇ ਉਹਨੇ ਸਾਹਿਬਜ਼ਾਦਿਆਂ ਵਾਸਤੇ ਉਹ ਸੰਸਕਾਰ ਵਾਸਤੇ ਜਾਲਮ ਸਰਕਾਰ ਦੇ ਕੋਲੋਂ ਉਹ ਜਗ੍ਹਾ ਖਰੀਦੀ ਜਿੱਥੇ ਅੱਜ ਸ੍ਰੀ ਜੋਤੀ ਸਰੂਪ ਗੁਰਦੁਆਰਾ ਹੈ। ਸਭ ਤੋਂ ਦੁਨੀਆਂ ਵਿੱਚ ਮਹਿੰਗੀ ਥਾਂ ਹੈ ਜੋ ਸਿੱਖਾਂ ਦੇ ਕੋਲ ਹੈ, ਉਹ ਹੈ ਗੁਰੂ ਕੇ ਸਿੱਖੋ ਜੋਤੀ ਸਰੂਪ ਗੁਰਦੁਆਰਾ। ਸਾਹਿਬਜ਼ਾਦਿਆਂ ਨੂੰ ਬਹੁਤ ਛੋਟੀ ਉਮਰ ਵਿੱਚ ਸ਼ਹੀਦ ਕੀਤਾ ਗਿਆ। ਉਹ ਟੋਡਰ ਮੱਲ ਜੋਹਰੀ ਜਿਹਦਾ ਅੱਜ ਦੀਵਾਨ ਹਾਲ ਹੈ, ਉੱਥੇ ਲੱਖਾਂ ਸੰਗਤਾਂ ਬਹਿ ਕੇ ਜਸ ਸੁਣਦੀਆਂ, ਉਹ ਵੀ ਦੁਨੀਆਂ ਉੱਤੇ ਜੋੜ ਜੋਗਾ ਆਪਣਾ ਨਾਂ ਛੱਡ ਗਿਆ। ਸਤਿਗੁਰੂ ਕਿਰਪਾ ਕਰੇ ਤੋ ਮੈਂ ਬੇਨਤੀ ਕਰਾਂ, ਮੈਨੂੰ ਹੁਕਮ ਹੋਇਆ ਨੌਜਵਾਨਾਂ ਵੱਲੋਂ
एक दो फरमाइशां तुहाडियां पूरियां करनियां बेनती करा जिहड़ा प्रबंधक ने एडा वड्डा प्रबंध कीता एन आर आई वीरां ने बहुत योगदान वड्डा पाया इहदा कारण इक्को ही है कि असीं पतित पुणे की लहर नूं खत्म करके ना ते जिहड़ा गुरमुख गाडी राह गुरु साहब ने सानूं विखाया ना उहदे उत्ते चल के अपने जीवन नूं सफलिया बणाईए सवेर तो लग के जिहड़ा बंदा शाम तक भज दौड़ करदा कदे सोचिया बह के भी कादे वास्ते करदे हर बंदा ते सुख दी भाल विच आ ना पर असीं सुख कित्थों लभदे आ असीं आने भी बहुत सारा धन इकट्ठा कर लांगे बच्चे आईलैट्स करके ते सीधा ही कनेडा चले जाणगे ते असीं घणी सौखे हो जाणगे पर साहिब दी बाणी इहनूं कट करदी है महाराज कहिंदे सुख नाहीं बहुते धन खाटे सुख नाहीं पेखे निर्त नाटे सुख नाहीं बहुत देश कमाए सर्व सुखा हर हर गुण गाए सारे सुख जेड़े आ सजणों ओ परमेश्वर दे नाम विच आ जो सुख को चाहे सदा शरण राम की ले पाछा कहिंदे डिठा सब संसार एक दो चार कंट्रियां दी गल नहीं महाराज कहिंदे सी सारे संसार नूं तकिया डिठा सब संसार सुख ना नाम बिना तन धन होसी छार जाने कोए जाए सिमरत वेद पुराण पुकारन पोथियां नाम बिना सब कूड़ा गाली होशियां गोविंद भजन बिन बिरथे सब काम जो किरपन के निरार्थ दाम जितना कंजूस बंदे दा चोड़िया तन किसे काम नहीं होंदा नाम तो बिना साडे कीते कार व्यार जड़े ओ व्यर्थ जाणगे व्यर्थ जे कोई आखे मेरे घर विचों कलेश निकल जाण जो मैं कह रहा सुन रहे ना भाई ध्यान नाल जे कोई आखे मेरे घर विचों कलेश निकल जाण मेरियां सारियां बीमारियां कटियां जाण मैं जेड़े काम नूं हथ पावां ਮੈਨੂੰ ਉਹਦੇ ਵਿੱਚ ਸਫਲਤਾ ਪ੍ਰਾਪਤ ਹੋਵੇ ਜਿਹੜੀ ਮੇਰੇ ਘਰ ਵਿੱਚ ਗਰੀਬੀ ਡੇਰੇ ਲਾ ਕੇ ਬੈਠੀ ਆ ਇਹ ਮੇਰੀ ਗਰੀਬੀ ਕੱਟੀ ਜਾਵੇ ਮੇਰੀ ਆਉਣ ਵਾਲੀ ਘੜੀ ਉਹ ਖੁਸ਼ੀਆਂ ਭਰੀ ਹੋਵੇ ਮੇਰਾ ਲੋਕ ਤੇ ਮੇਰਾ ਪਰਲੋਕ ਵੀ ਸੌਰ ਜਾਏ ਫਿਰ ਸਿੰਘੋ ਇੱਕੋ ਇੱਕ ਕਰਮ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਦਾ ਆਹਰ ਕਰਿਆ ਕਰੋ ਜੋ ਸਿੱਖ ਗੁਰ ਕੀ ਬਾਣੀ ਗਾਵੇ ਜੀਵਨ ਮੁਕਤ ਪਦਾਰਥ ਪਾਵੇ ਉਹਨੂੰ ਮੂੰਹ ਮੰਗੀਆਂ ਮਰਾਦਾਂ ਗੁਰੂ ਦੇ ਦਰ ਤੋਂ ਮਿਲਣਗੀਆਂ ਜਿਹੜੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਨਗੇ ਤਾਂ ਮੈਨੂੰ ਆਸ ਆ ਵੀ ਅੰਮ੍ਰਿਤ ਵੇਲੇ ਤੁਸੀਂ ਅੱਜ ਤੋਂ ਪਰਨ ਕਰੋਗੇ ਵੀ ਅੰਮ੍ਰਿਤ ਵੇਲੇ ਜਾ ਕੇ ਉਸ ਪਰਮੇਸ਼ਰ ਦੀ ਬੰਦਗੀ ਕਰੋਗੇ ਸਿਮਰਨ ਕਰੋਗੇ ਜੇ ਅਸੀਂ ਸਿਮਰਨ ਨਹੀਂ ਕਰਦੇ ਨਾ ਤੇ ਬਾਣੀ ਕਿੱਡੀ ਵੱਡੀ ਲਾਣਤ ਪਾ ਰਹੀ ਆ ਕਦੇ ਅਸੀਂ ਬਹਿ ਕੇ ਵਿਚਾਰਿਆ ਨਹੀਂ ਸੀ ਜਾਣੀ ਵੀ ਅੱਜ ਮਹੀਨਾ ਸੰਗਰਾਂਦ ਦਾ ਦਿਨ ਆ ਤੇ ਜਿੰਨੇ ਸੁੱਖ ਹੈਗੇ ਨਾ ਮਹਾਰਾਜ ਮੇਰੀ ਝੋਲੀ ਚ ਪਾ ਦੇ ਗਵਾਂਢੀਆਂ ਨੂੰ ਭਾਵੇਂ ਮਿਲਣ ਤੇ ਭਾਵੇਂ ਨਾ ਮਿਲਣ ਤੇ ਜੇ ਬਹੁਤੇ ਸੁੱਖ ਮੰਗੋਗੇ ਤਾਂ ਦੁੱਖ ਮਿਲੇਗਾ ਦੁੱਖ ਦਾਰੂ ਸੁੱਖ ਰੋਗ ਪਿਆ ਤੇ ਜੇ ਉਹਦਾ ਦਿੱਤਾ ਹੋਇਆ ਝੋਲੀ ਅੱਡ ਕੇ ਲੈ ਲੋਗੇ ਨਾ ਫਿਰ ਉਹਦੇ ਵਿੱਚ ਸੁੱਖ ਹੋਏਗਾ ਕਿਉਂਕਿ ਸਾਡੇ ਵਾਸਤੇ ਚੰਗਾ ਚਿਤਰਦਾ ਅਸੀਂ ਚੰਗਾ ਨਹੀਂ ਚਿਤਰਦੇ ਬੇਨਤੀ ਕਰਾਂ ਬਾਣੀ ਦਾ ਫਰਮਾਨ ਹੈ ਕਬੀਰ ਇੱਕ ਘੜੀ ਆਦੀ ਘੜੀ ਇੱਕ ਘੜੀ ਸੱਜਣੋ 24 ਮਿੰਟਾਂ ਦੀ ਹੁੰਦੀ ਹੈ ਜੇ ਤੁਸੀਂ 24 ਮਿੰਟ ਸਵੇਰੇ ਉੱਠ ਕੇ ਵਾਹਿਗੁਰੂ 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 ਦਾ ਭਜਨ ਨਹੀਂ ਨਾ ਕਰ ਸਕਦੇ ਤੇ 12 ਮਿੰਟ ਹੀ ਕਰ ਲਿਓ ਕਰੋਗੇ ਭਾਈ 12 ਮਿੰਟ ਤੇ ਜ਼ਿਆਦਾ ਨਹੀਂ ਗਏ 12 ਮਿੰਟ ਤੇ ਚੌਂਕੜੀ ਹਰ ਕੋਈ ਬੰਦਾ ਲਾ ਸਕਦਾ ਕਬੀਰ ਇੱਕ ਘੜੀ ਆਧੀ ਘੜੀ ਆਧੀ ਹੂੰ ਤੇ ਯਾਰ ਉਹ ਫਿਰ 6 ਮਿੰਟ ਹੀ ਬਹਿ ਜਾਓ ਤੁਹਾਡਾ ਸੁੱਤਾ ਮਨ ਜਾਗੇਗਾ ਤੁਹਾਨੂੰ ਪਤਾ ਲੱਗੇਗਾ ਅਸੀਂ ਆਏ ਕਿੱਥੋਂ ਸਾਂ ਕਰ ਕੀ ਰਹੇ ਹਾਂ ਜਾਣਾ ਕਿਧਰ ਨੂੰ ਬਾਣੀ ਸਾਨੂੰ ਜੁਗਾ ਰਹੀ ਹੈ ਅਸੀਂ ਸੁੱਤੇ ਹਾਂ ਤੇ ਸੁੱਤੇ ਬੰਦੇ ਨੂੰ ਕੋਈ ਪਤਾ ਨਹੀਂ ਹੁੰਦਾ ਉਹਦੇ ਲਾਗੇ ਧਨ ਪਦਾਰਥ ਦੇ ਢੇਰ ਲਾ ਦਿਓ ਮੋਹਰਾਂ ਸ਼ਰਫੀਆਂ ਹੀਰੇ ਜਵਾਹਰ ਰਾਤ ਰੱਖ ਦਿਓ ਸੁੱਤੇ ਬੰਦੇ ਨੂੰ ਤਾਂ ਕੋਈ ਪਤਾ ਨਹੀਂ ਕਿਉਂਕਿ ਸੁੱਤਾ ਹੈ
असी सुत्या बाणी सानू जगा रही है। जे तू नाम ना जपदा ते तेरे तो मनुख फिर पशु भी चंगा, पशु मिलहे चंगाइया खड़ खावे है अमृत दे, अमृत दे तेरे तो पशु चंगा जेड़ा खड़ खा के प्राणी खा के अमृत वर्गा दुध दिंदा। नरू मरे नर काम ना आवे, पशु मरे दस काज दस काज तो मनुख फिर पशु भी चंगा। पंचम पातशाह दे वचन हन गुर मंत्र हीनस जो प्राणी जेड़े नाम तो सखने जिन्हां दे अंदर गुरु दा मंत्र नहीं परमेश्वर दी बाणी नहीं गुर मंत्र हीनस जो प्राणी तिरघन जन भ्रष्ट ने कुकरे सुकरे गर्दबे काके सर्प ने तुख ले। कुकरे कह गए कुत्ते नु, सुकरे सूर नु, गर्द पै गधे नु, काके कानू ते सर्प ने सप नु। तुलखले तो भाव पी इना जूना दे नाल ही मनुख तेरी तुलना कीती जा सकदी आ जे तू नाम नहीं जपदा। हिंदू धर्म दे विच चार अजगर पाप मन्ने गए, गां नु मारना, कन्या नु मारना, ब्राह्मण दी हत्या करनी, आचरण तो डिगे बंदे दा धान खाना, इना चौहान दा लथा साहिब गुरु ग्रंथ साहिब महाराज दी बाणी च है इक्के पंक्ति विच। ब्राह्मण कैली कात कंजका अनचारी का तान, फिटक फिटका कोड़ बदिया सदा सदा अभिमान, पाहे ते जाए विसर नानका एक नाम। जिस बंदे नु रब दा नाम भुल गया ना ओनू दूजा पाप करन दी लोड़ कोई नहीं। सब तो वड्डा पापी मनुख गुरबाणी ने ओ दस्या जे जेड़ा मनुखा जन्म लेके परमेश्वर दी बंदगी नहीं करदा। एक भगत भगवान जिहे प्राणी के नाहे मन, जैसे सूकर सुवान नानक मानो ताहे तन। जैसे हिरदे दे अंदर प्रभु दी प्रीत नी ओ शरीर भावे सूर दा कह लो ते भावे कुत्ते दा कह लो, ए डिग्री गुरु तेग बहादुर पातशाह दे रहे। मैनू आस आ भी इहदे उत्ते तुसीं अमल करोगे। आओ भाई हरजिंदर सिंह दी पहुंच चुके आ जिन्होंने साढ़े तो बाद गुरमुख चारा दी धारना सांझ पाउणी आ। नौजवानां दीआं मंगां बणीआं पर समां थोड़ा जिहा लेट चल रिहा सी वैसे ही, और प्रबंधकां ने बहुत वधिया प्रबंध कीता ते बहुत खुला प्रबंध कर लिया। गुरु कृपा करे तो इहनां दी शरदा सी महाराज कृपा करे तो गां नूं भाई बढ़ चढ़ के संगत इसे तरह आना। आओ कविता तुहाडे सामने जफरनामा में जो कलगीधर पातशाह महाराज दी लिखा उस औरंगजेब पापी नूं महाराज लिख रहे आ जिन्हें बड़े वड्डे पाप कीते सी, जिन्हें अपने सके भरावां दा कतल करता, अपनी भैण आरा नूं कुत्तों फड़ के ते जेल च बंद करता क्योंकि उह दारे दा पख पारदी सी, सारी उम्र जेल चक्की पीसदी मर गई। ਉਹਨੇ ਆਪਣੇ ਪਿਓ ਸ਼ਾਹਜਹਾਨ ਨੂੰ ਜੇਲ ਚ ਬੰਦ ਕੀਤਾ ਤੇ ਪਾਣੀ ਤੋਂ ਪਿਆਲੇ ਤੋਂ ਪਿਆਸਿਆ ਉਹਨੂੰ ਜੇਲ ਚ ਬੰਦ ਕਰਕੇ ਮਾਰਿਆ। ਉਹਨੇ ਸਰਮਦ ਵਰਗੇ ਫਕਰਾਂ ਦਾ ਵੀ ਕਤਲ ਕਰਾਤਾ। ਜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਉੱਤੇ ਤਲਵਾਰ ਚੱਲੀ ਤੇ ਹੁਕਮ ਉਸ ਜਲਾਲੋਦੀਨ ਜਲਾਲ ਨੂੰ ਔਰੰਗਜ਼ੇਬ ਨੇ ਕੀਤਾ ਸੀ। ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ਾਨ ਸ਼ਹੀਦ ਹੋਏ ਤੇ ਵੱਡੇ ਵੱਡੇ ਜਰਨੈਲ ਉਸ ਔਰੰਗਜ਼ੇਬ ਨੇ ਚਾੜੇ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਹ ਜਫਰਨਾਮਾ ਜਿਹਨੂੰ ਚਿੱਤ ਦੀ ਚਿੱਠੀ ਵੀ ਕਿਹਾ ਗਿਆ ਉਹਦਾ ਕਿਸੇ ਕਵੀ ਦੀ ਕਲਮੇ ਤਰਜਮਾ ਕੀਤਾ ਮੈਂ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਾ। ਜੋ ਗੁਰੂ ਗੋਬਿੰਦ ਸਿੰਘ ਦੇ ਬੋਲ ਗੁਰਸ਼ਨੇ ਚੇ ਕਾਰੇ ਕੇ ਗੁਰਸ਼ਨੇ ਚੇ ਕਾਰੇ ਕੁੰਦ ਚੇਲ ਨਾਰਾ ਕੀਤੇ ਲੈ ਤੇ ਲਖ ਆਏ ਬੜੇ ਆਏ ਤੇ ਬਲੋ ਬੇਖਬਰ ਖਬਰ ਰੰਗ ਜੇ ਤੈਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ। ਉਹ ਤੂੰ ਉਹਨਾਂ ਚਾਲੀਆਂ ਤੇ 10 ਲੱਖ ਚੜਦਾ ਹੀ ਇਹਨਾਂ ਦੇ ਪੇਟ 'ਚ ਰੋਟੀ ਨਹੀਂ, ਬੰਦੂਕਾਂ 'ਚ ਬਰੂਦ ਨਹੀਂ, ਪੈਰਾਂ 'ਚ ਜੋੜਾ ਨਹੀਂ ਤੇ ਤੂੰ ਮੈਨੂੰ ਦੱਸਿਆ ਵੀ ਨਹੀਂ। ਆ ਤੈਨੂੰ ਮਰ ਜਾਣਾ ਚਾਹੀਦਾ ਸੀ, ਤੇਰੇ ਵੱਡੇ ਵੱਡੇ ਜਰਨੈਲ ਚੜ ਕੇ ਆਏ ਨਾਰ ਖਾਨ ਵਰਗੇ ਜਿਨ੍ਹਾਂ ਦਾ ਮਹਾਰਾਜ ਨੇ ਜ਼ਫਰਨਾਮੇ ਜ਼ਿਕਰ ਕੀਤਾ। ਚੁਦੀਦਨ ਕੇ ਨਾਹਰ ਬਯਾਮਨ ਬਯੰਗ ਚੁਸ਼ੀਦਨ ਚੁਸ਼ੀਦਨ ਜਗੇ ਤੀ ਤਨ ਤਨ ਬੇਤ ਬੇਤ ਰੰਗ ਰੰਗ ਦੇਵ ਤੇਰਾ ਵੱਡਾ ਜਰਨੈਲ ਚੜ ਕੇ ਆਇਆ ਮੇਰਾ ਇੱਕ ਤੀਰ ਵੱਡਾ ਉਹ ਲੂ ਚ ਡੁੱਬ ਗਿਆ ਸੱਚ ਦੂਜਾ ਗਲੀ ਖਾਇਆ ਉਹਦੀ ਕਿਚੀ ਚ ਛੱਡਿਆ ਉਹ ਸਦਾ ਦੀ ਨੀਂਦ ਸੌ ਗਿਆ। ਦੋ ਮਾਰੇ ਗਏ
ਤੇ ਬਾਕੀ ਜਰਨੈਲ ਪਿਛਾਂ ਨੂੰ ਭੱਜਣ ਸਪਾਹੀਆਂ ਨੂੰ ਗਾਂ ਕਰਨ ਇੱਕ ਬੜਾ ਹੰਕਾਰ ਆ ਜਰਨੈਲ ਖਵਾਜਾ ਮਰਦੂਦ ਅਲੀ ਮਰਦੂਦ ਤੋਂ ਭਾਵ ਡੰਨਿਆ ਤਨਖਾਈਆ ਪਿਛਾਂ ਨੂੰ ਭੱਜਣ ਲੱਗਾ ਸੂਬਾ ਵਜੀਦ ਖਾਨ ਕਹਿਣ ਲੱਗਾ ਖਵਾਜਾ ਸਾਹਿਬ ਗੁਰੂ ਗੋਬਿੰਦ ਸਿੰਘ ਇਸ ਘੇਰੇ ਵਿੱਚੋਂ ਬਚ ਕੇ ਨਾ ਨਿਕਲ ਜੇ ਇਹਨੂੰ ਜਿਉਂਦਿਆਂ ਫੜਨਾ ਕਿਲੇ ਦੀ ਕੰਧ ਨੂੰ ਵਾਸਤੀ ਪੌੜੀ ਲਾ ਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੜਨ ਦੀਆਂ ਵਿਉਂਤਾਂ ਲਾ ਰਹੇ ਉਹਨੇ ਆਖਿਆ ਨਾਜ਼ਮ ਸਾਹਿਬ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਿਆਂ ਫੜ ਲੈਣਾ ਓਏ ਨਾ ਤੇ ਤੇਰੇ ਵਸ ਦੀ ਗੱਲ ਆ ਨਾ ਇਹ ਮੇਰੇ ਵਸ ਦੀ ਗੱਲ ਆ ਜੇ ਤੈਨੂੰ ਮੈਂ ਤੁਰਿਆ ਫਿਰਦਾ ਨੀ ਚੰਗਾ ਲੱਗਦਾ ਤੇ ਫਿਰ ਮੈਂ ਵੀ ਪੌੜੀ ਚੜ ਜਾਂਦਾ ਉਹਨੇ ਆਖਿਆ ਫਿਰ ਹੋ ਗਾ ਬਹਾਦਰੀ ਦੀਆਂ ਗੱਪਾਂ ਚੁੱਲੇ ਕੋ ਬਹਿ ਕੇ ਬਾਦਰੀ ਜਾਣਦੇ ਜੀ ਜਦੋਂ ਇਹ ਪੰਜ ਸੱਤ ਅੰਡੇ ਚੜੇ ਹਨ ਜਦੋਂ ਕਲਗੀ ਧਰ ਪਾਤਸ਼ਾਹ ਨੂੰ ਬੁਰਜ ਵਿੱਚ ਬੈਠਿਆ ਵੇਖਿਆ ਇਹ ਇਤਨਾ ਸਹਿ ਗਿਆ ਇਤਨਾ ਸਹਿ ਗਿਆ ਜਿਤਨਾ ਕਬੂਤਰ ਬਾਜ ਨੂੰ ਵੇਖ ਕੇ ਸਹਿ ਜਾਂਦਾ ਸੱਚ ਮਹਾਰਾਜ ਜ਼ਫਰਨਾਮੇ ਲਿਖ ਕੇ ਕਰਦੇ ਆ ਦਰੇਗਾ ਅਗਰ ਉਹ ਰੂਏ ਪੀਤ ਮੈਂ ਰੰਗ ਜੇ ਤੇਰਾ ਜਰਨੈਲ ਥੋੜਾ ਜਿਹਾ ਤਾਂ ਹੋ ਜਾਂਦਾ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ ਵਾਹ ਵਾਹ ਚਿਹਾ ਛੱਡ ਕੇ ਚੂ ਬਚਗਾ ਕੁਛ ਤੇ ਚਾਰ ਉਹ ਰੰਗਿਆ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਮਾਰ ਦਿੱਤੇ ਤਾਂ ਚਿਹਾ ਛੁੱਟ ਕੇ ਚੂ ਬਚਗਾ ਕੁਛ ਤੇ ਚਾਰ ਕੇ ਬਾਕੀ ਬਿਮਾ ਦਸਤਾ ਚੀਤੇ ਮਾਰ ਚੀਤੇ ਮਾਰ ਅਜੇ ਮੇਰਾ ਕੁੰਡਲੀਆ ਸੱਪ ਖਾਲਸਾ ਬੈਠਾ ਜਿਹੜਾ ਤੇਰੇ ਪੈਰਾਂ ਥੱਲੇ ਇਕਰਾ ਅੱਗ ਮਚਾ ਕੇ ਰੱਖ ਦੇ ਜ਼ਫਰਨਾਮਾ ਤੇ ਪੜ ਲਿਆ ਫਿਰ ਉਹ ਮੰਜੇ ਤੋਂ ਉੱਠ ਨਾ ਸਕਿਆ ਜ਼ਫਰਨਾਮਾ ਪੜ ਲਿਆ ਉਹਦੇ ਥੱਲੇ ਲਿਖਿਆ ਸੀ ਹੁਣ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸ਼ਰਮ ਦਾ ਮਾਰਾ ਕਹਿੰਦਾ ਨਹੀਂ ਸੀ ਉਹਦੀ ਜਾਨ ਨਹੀਂ ਸੀ ਨਿਕਲਦੀ ਉਹ ਸਿਆਣਾ ਮੌਲਵੀ ਕਾਜੀ ਜਿਹੜਾ ਗੁਰੂ ਘਰ ਦੀ ਅਜ਼ਮਤ ਨੂੰ ਜਾਣਦਾ ਸੀ ਉਹਨੇ ਆਖਿਆ ਹੁਣ ਕਹਿ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਤੇਰੀ ਜਾਨ ਸੁਖੀ ਨਿਕਲ ਜੂਗੀ ਉਦੋਂ ਤੇ ਇੱਕ ਰੰਗਾ ਸੀ ਨਾ ਹੁਣ ਕਈ ਰੰਗੇ ਜਿਹੜੇ ਸਿੱਖੀ ਨੂੰ ਮੁਕਾਉਣਾ ਚਾਹੁੰਦੇ ਇਹ ਵੀ ਰੰਗੇ ਦਾ ਦੂਜਾ ਹੀ ਰੂਪ ਸੀ ਜਿਹਨੇ ਸਾਲ ਜਿਮੀਦਾਰਾਂ ਨੂੰ ਸਤਾਇਆ ਪਰ ਖੇੜਾ ਇਹਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਾ ਹੋਏ ਰੰਗੇ ਦਾ ਵੀ ਛੁੱਟਾ ਹੈ ਕਿਹੜੇ ਬਾਗ ਦੀ ਬੋਲੀ ਇਹਨੇ ਜੇ ਪੰਜਾਬੀਆਂ ਦੇ ਹੱਥ ਦੇਖੇ ਨਹੀਂ ਸੀ ਗੁਰੂ ਕਿਰਪਾ ਕਰੇ ਛੇਤੀ ਸੰਭਲ ਗਿਆ ਇੱਕ ਵਾਰ ਜਾਵਰ ਚੁੱਕਿਆ ਸੀ ਗੁਰੂ ਨਾਨਕ ਦੇ ਚਰਨਾਂ ਵਿੱਚ ਇੱਕ ਵਾਰ ਇਸ ਨੂੰ ਝੁਕਣਾ ਪੈ ਗਿਆ ਇਹ ਖਾਲਸੇ ਦੀ ਵੱਡੀ ਜਿੱਤ ਹੋਈ ਹੈ ਮੈਂ ਜਿਮੀਦਾਰਾਂ ਦੇ ਉਸ ਸਿਦਕ ਨੂੰ ਉਸ ਸਿਰੜ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਮੋਰਚਾ ਲਾਈ ਰੱਖਿਆ ਤੇ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ ਗ੍ਰੰਥੀ ਸਿੰਘਾਂ ਨੇ ਪ੍ਰਚਾਰਕਾਂ ਨੇ ਅਰਦਾਸਾਂ ਕੀਤੀਆਂ ਜਿਮੀਦਾਰਾਂ ਦੀ ਜਿੱਤ ਦੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਕਿਰਪਾ ਕਰਕੇ ਇਹ ਜਿਹੜੀਆਂ ਸਾਡੀਆਂ ਵਾਰਾਂ ਢਾਡੀਆਂ ਕਵੀਸ਼ਰਾਂ ਦੀਆਂ ਔਰ ਗਾਇਕਾਂ ਦੀਆਂ ਜਿਨ੍ਹਾਂ ਨੇ ਗੀਤ ਗਾਏ ਬੜੇ ਸੁੰਦਰ ਜਿਮੀਦਾਰਾਂ ਤੇ ਉਹਨਾਂ ਦੀਆਂ ਵਾਰਾਂ ਉਹਨਾਂ ਦੇ ਗੀਤ ਸਫਲ ਹੋ ਗਏ ਆ ਤੁਹਾਡੇ ਸਿਰੜ ਨੇ ਤੁਹਾਨੂੰ ਤੁਹਾਡੇ ਸਿਦਕ ਨੇ ਤੁਹਾਡੇ ਸਿਦਕ ਨੂੰ ਮਹਾਰਾਜ ਨੇ ਭਾਗ ਲਾਏ ਆ ਆ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਔਰੰਗਜ਼ੇਬ ਨੂੰ ਕਿਸ ਤਰ੍ਹਾਂ ਉਹਦਾ ਖਾਤਮਾ ਕਰ ਰਿਹਾ ਆਖਰੀ ਲੈਣਾ ਤੁਹਾਡੇ ਸਾਹਮਣੇ ਜੋੜੀ ਇੰਜ ਬਿਆਨ ਕਰ ਐਨ ਪੁਲਿਸ ਸਲਤਨਤ ਦੇ ਪਾਤਸ਼ਾਹ झूठ दी है रू तेरी ते झूठ दा ही जिस्म है शुरू करदा चिट्ठी अपनी दा सिलसिला वेख मेरे दिल दी रंगत दा नजारा बुझला वाहेगुरु दे नाम दा लिखदा पहला हरफ में तीर वांगू मारदा हरफ तेरी ਤੇਰੀ ਤਸਵੀ ਦੇਣ ਮਨ ਕੇ ਕਹਿ ਕੇ ਖਾਂਦੇ ਮੌਤ ਦੇ ਡੰਡੜੀਆਂ ਦੇ ਨਾਲ ਕੱਟੇ ਅਰਥ ਤੂੰ ਡੰਡੋਤ ਦੇ ਤੇਰੀ ਕੜਵੀ ਕਮੀਨੀ ਮਤਲਿਆਂ ਦੀ ਪਾਵਨਾ ਹੁਣ ਇਹ ਚਾਹੁੰਦੀ ਜੋਰ ਗੋ
जिसने तेरी सल्तनत ते बादशाही कलनी ਔਰ ਨੌਜਵਾਨਾਂ ਦਾ ਵੇਖ ਲਾ ਹਾਂਜੀ
ਸਰਕਾਰਾਂ ਦੇ ਗੱਲ ਉੱਤੇ ਆਪ ਦਾੜੀ ਨਹੀਂ ਰੱਖਣੀ ਪੱਕੀ ਗੱਲ ਆ ਆ ਜਾ ਫਿਰ ਸਲਾਹ ਕਰ ਲਾ ਕਰਾਂ ਵੇਖ ਲਾ ਬਈ ਗੁਰੂ ਕਿਰਪਾ ਕਰੇ ਪਿਆਰ ਬੜਾ ਕਰਦਾ ਮੇਰਾ ਬਹੁਤ ਪਿਆਰ ਮੋਨਿਆ ਵੀਰਾਂ ਨੂੰ ਤੇ ਮੇਰੇ ਪੁਰਖਿਆਂ ਨੇ ਸਮਝਾਇਆ ਵੀ ਜੇ ਕੋਈ ਬੰਦਾ ਡਿੱਗ ਪੈਂਦਾ ਨਾ ਇਹ ਨਹੀਂ ਵੀ ਉਹਦੇ ਉੱਤੇ ਪੈਰ ਰੱਖ ਕੇ ਲੰਘ ਜੀ ਨਹੀਂ ਉਹਨੂੰ ਗੁਰਮਤਿ ਦੀ ਸਿੱਖਿਆ ਦਿਓ ਸ਼ਾਇਦ ਉਹ ਤੁਹਾਡੇ ਤੋਂ ਕਿਤੇ ਗਾਂ ਚਲੇ ਜਾਵੇ ਔਰ ਐਸਾ ਹੋਇਆ ਨੌਜਵਾਨ ਜਿਨ੍ਹਾਂ ਨੂੰ ਭੋਰਾ ਜਿੰਨੀ ਵੀ ਸੂਝ ਬੂਝ ਨਹੀਂ ਸੀ ਇਹੋ ਜਿਹੇ ਸਿੱਖ ਆ ਜਿਹਨਾਂ ਕੋਲ ਅਸੀਂ ਅਰਦਾਸ ਕਰਾ ਕੇ ਤੁਰਦੇ ਮਹਾਰਾਜ ਬਾਣੀ ਚ ਲਿਖਿਆ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਤੋ ਆਓ ਭਾਈ ਜਦੋਂ ਦੂਜੀ ਵਾਰ ਆਉਣ ਫਿਰ ਆਪਾਂ ਇਹ ਸਾਰੇ ਅਰਦਾਸ ਕਰੀਏ ਵੀ ਗੁਰੂ ਵਾਲੇ ਹੋ ਕੇ ਤੇ ਫਿਰ ਇਹ ਸਮਾਗਮ ਮਨਾਈਏ ਫਿਰ ਸਾਹਿਬਜ਼ਾਦਿਆਂ ਦੇ ਇਹ ਮਨਾਏ ਹੋਏ ਦਿਹਾੜੇ ਜਿਹੜੇ ਆ ਉਹ ਸਫਲੇ ਹੋਣਗੇ ਗੁਰੂ ਕਿਰਪਾ ਕਰੇ ਜੇ ਅਸੀਂ ਉਹਨਾਂ ਦੇ ਉੱਤੇ ਬਚਨਾਂ ਤੇ ਪਹਿਰਾ ਦੇਵਾਂਗੇ ਜਿਨ੍ਹਾਂ ਦੇ ਪ੍ਰਥਾਏ ਬੜੇ ਸੁੰਦਰ ਬਚਨ ਹਨ ਹਸਰਤ ਉਹਨੂੰ ਗੁੰਚੋ ਪੇ ਹਸਰਤ ਉਹਨੂੰ ਗੁੰਚੋ ਪੇ ਜੋ ਬਿਨ ਖਿਲੇ ਮਰ ਜਾ ਗਏ ਅਗਰ ਕਿਤੇ ਉਹ ਜਵਾਨ ਹੁੰਦੇ ਤੇ ਪਤਾ ਨਹੀਂ ਉਹ ਕੀ ਕਰ ਵਿਖਾਉਂਦੇ ਉਹਨਾਂ ਦੇ ਬਚਪਨ ਨਹੀਂ ਵੱਡੀਆਂ ਵੱਡੀਆਂ ਜਵਾਨੀਆਂ ਦੇ ਜਜ਼ਬਾਤਾਂ ਦੇ ਦਮ ਤੋੜ ਕੇ ਰੱਖ ਦਿੱਤੇ ਉਹ ਸਨ ਗੁਰੂ ਗੋਬਿੰਦ ਸਿੰਘ ਦੇ ਫਰਜ਼ੰਦ ਬਾਬਾ ਜੋਰਾਵਾਲ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਦੇ ਅਸੀਂ ਕਾਤਲ ਨਾ ਬਣੀਏ ਰੋਮਾਂ ਦੀ ਵਿਅਪਦੀ ਭੁੱਲ ਕੇ ਨਾ ਕਰੀਏ ਆਓ ਨੌਜਵਾਨ ਦੀ ਮੰਗ ਸ਼ਾਇਦ ਇੱਥੇ ਮਹਾਰਾਜ ਗੁਰੂ ਕਿਰਪਾ ਕਰਨ ਆਪਣੀ ਲਾਲੀ ਛੇਤੀ ਛਿੜਕਣ ਔਰ ਇਹ ਗੁਰਸਿੱਖੀ ਵਿੱਚ ਪ੍ਰਪੱਕ ਹੋਵੇ ਸਾਹਿਬਜ਼ਾਦਿਆਂ ਦੇ ਡੁੱਲੇ ਖੂਨ ਦਾ ਜੋ ਉਹਨਾਂ ਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕਰਕੇ ਸਾਨੂੰ ਸਰਦਾਰੀਆਂ ਦਿੱਤੀਆਂ ਉਹਨਾਂ ਦੇ ਉੱਤੇ ਪਹਿਰਾ ਦੇਣ ਹੁਕਮ ਹੋਇਆ ਬਸ ਤੇਰੇ ਕਰਕੇ ਸਾਡੇ ਕਰਕੇ ਇਸੇ ਕਰਕੇ ਤੇਰੇ ਨਾਲ ਸਰਕਾਰੇ ਉਹ ਭਾਈ ਜਗਤਾਰ ਸਿੰਘ ਜੀ ਹਵਾਰਾ ਜਿਹੜਾ ਜਿਹਦੇ ਬਾਰੇ ਰੋਜ਼ ਅਰਦਾਸਾਂ ਸੰਗਤ ਕਰਦੀ ਹੈ ਵਿਦੇਸ਼ਾਂ ਚ ਤੇ ਇੱਥੇ ਵੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਫਰਖਸ਼ੇਰ ਬਾਦਸ਼ਾਹ ਦੇ ਦਰਬਾਰ ਪੇਸ਼ ਕੀਤਾ ਸੀ ਨਾ ਫਰਖਸ਼ੇਰ ਕਰੀਆਂ ਤੇ ਪੈਰਾਂ ਨੂੰ ਬੇੜੀਆਂ ਲਾਈਆਂ ਸੀ ਆਂਦੇ ਜਦੋਂ ਜੋਧੇ ਦੀ ਅਣਖ ਨੂੰ ਵੰਗਾਰਿਆ ਇੰਨਾ ਜੋਸ਼ ਬਾਬਾ ਬਾਦਸ਼ਾਹ ਨੂੰ ਆ ਗਿਆ ਹੱਥਾਂ ਦੀ ਹੱਥ ਘੜੀਆਂ ਤੋੜ ਕੇ ਤਿੰਨ ਸਿਪਾਹੀ ਫਰਖਸ਼ੇਰ ਬਾਦਸ਼ਾਹ ਦੇ ਦਰਬਾਰ ਚ ਬਾਬਾ ਬਾਦਸ਼ਾਹ ਨੇ ਸੰਗਲਾਂ ਦੇ ਨਾਲ ਕੁੱਟ ਕੁੱਟ ਕੇ ਮਾਰ ਦਿੱਤੇ ਮੈਂ ਉਹ ਤਾਕਤ ਫਿਰ ਬਾਬਾ ਬਾਜ ਸਿੰਘ ਵਾਲੀ ਭਾਈ ਜਗਤਾਰ ਸਿੰਘ ਹਵਾਰੇ ਦੀਆਂ ਬਾਹਾਂ ਵਿੱਚ ਆਈ ਕਿਹੋ ਜਿਹਾ ਥੱਪੜ ਜੋੜ ਕੇ ਮਾਰਿਆ ਤੁਸੀਂ ਸਭ ਤੇ ਨੈਟ ਤੇ ਸਭ ਕੁਝ ਵੇਖਿਆ ਉਹ ਜਿਹੜਾ ਵਿਰੋਧੀ ਘਰੋਂ ਸਿੱਖ ਦੀ ਪੱਗ ਲਾਉਣ ਵਾਸਤੇ ਆਇਆ ਸੀ ਆਉਣ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਦੱਸ ਦੂਗਾ ਉਹ ਕਿਤੇ ਸਿੱਖ ਦੀ ਪੱਗ ਨੂੰ ਕੋਈ ਭੁੱਲ ਕੇ ਵੀ ਹੱਥ ਨਾ ਪਾ ਲਿਓ ਛੱਤ ਦਾ ਸਿਰ ਲੇਖ ਹੈ ਜੋ ਸਾਡੀ ਨਜ਼ਰ ਚ ਜੋਧੇ ਨੇ ਤੈਨੂੰ ਕਾਤਲ ਲੱਗਣ ਹਵਾਰੇ ਨੀ ਬਸ ਇਸੇ ਕਰਕੇ ਤੇਰੇ ਨਾਲ ਸਾਡੀ ਬਣਦੀ ਨਹੀਂ ਸਰਕਾਰੀ ਖਤਰਾ ਬਣਿਆ